ਸ਼ਮਾਦਾਨ। ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸਵਰਨ ਸਿੰਘ ਦਾਨੇਵਾਲੀਆ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਖੁਸ਼ਾਮਦੀਦ। ਤੁਹਾਡਾ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਨਿੱਘਾ ਸਵਾਗਤ ਹੈ ਜੀ। ਅੱਜ ਦਿਨ ਹੈ ਮੰਗਲਵਾਰ, ਤਰੀਕ ਹੈ 7 ਮਾਰਚ, ਸਮਾਂ ਪੰਜਾਬ ਦੀਆਂ ਘੜੀਆਂ 'ਤੇ ਸਹੀ 6:30 ਸ਼ਾਮਾਂ ਦੇ। ਸੋ ਪ੍ਰੋਗਰਾਮ ਸ਼ਮਾਦਾਨ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੁਹਾਡੇ ਤੱਕ ਪੁੱਜਦਾ ਕੀਤਾ ਜਾਂਦਾ ਜੀ। ਸਰਦਾਰ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਵੱਲੋਂ ਸੈਟਲ ਤੋਂ, ਸਰਦਾਰ ਜਗਜੀਤ ਸਿੰਘ ਲੰਡਨ ਕੈਨੇਡਾ ਤੋਂ, ਪਿੰਡ ਭੈਣੀ ਵੜਿੰਗਾਂ ਦੇ ਸਾਡੇ ਲਿਸਨਰਸ ਜ਼ਿਲ੍ਹਾ ਲੁਧਿਆਣਾ ਤੋਂ, ਤ੍ਰਿਪਤੀਪਾਲ ਸਿੰਘ ਜੀ ਸਟਾਕਟਨ ਤੋਂ, ਟਰੇਸੀ ਤੋਂ, ਹਰਜਿੰਦਰ ਸਿੰਘ ਕਾਹਲੋਂ ਹਾਂਗਕਾਂਗ ਤੋਂ, ਤਰਸੇਮ ਜੀ, ਜਗਜੀਤ ਸਿੰਘ ਲੰਡਨ ਤੋਂ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਸਪੋਂਸਰ ਨੇ ਮਨਪ੍ਰੀਤ ਸਿੰਘ ਬੇਕਰਸਫੀਲਡ ਤੋਂ ਅਤੇ ਜਸਪ੍ਰੀਤ ਸਿੰਘ ਸਿੱਧੂ ਹੋਣੀ ਬੇਕਰਸਫੀਲਡ ਤੋਂ। ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ ਸਰਵਿਸ ਜਿਹੜੀ ਸੈਟਲ ਏਰੀਏ 'ਚ ਓਨਰ ਓਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ, ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ ਸਰਵਿਸ, ਇਹ ਮਾਹਿਰ ਨੇ ਜੀ ਰੀਫਰ ਦੀ ਹਰ ਤਰ੍ਹਾਂ ਦੀ ਰਿਪੇਅਰ ਦੇ ਲਈ, ਅਤੇ ਇਹਨਾਂ ਕੋਲ ਹਰ ਵਕਤ ਬ੍ਰੈਂਡ ਨਿਊ ਅਤੇ ਯੂਜ਼ਡ ਟਾਇਰ ਵੀ ਉਪਲਬਧ ਰਹਿੰਦੇ ਨੇ। 804-372-8800 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ, ਫੋਨ ਨੰਬਰ ਹੈ 804-372-8800। ਲੋਕੇਸ਼ਨ ਹੈ 10224 ਰੈਜੀਡੈਂਸੀ ਰੋਡ, ਮਨਾਸਸ। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ ਸਰਵਿਸ, ਇਹਨਾਂ ਦਾ ਇੱਕੋ ਇੱਕ ਨਿਸ਼ਾਨਾ, ਗਰੰਟਿਡ ਗ੍ਰੇਟ ਐਂਡ ਕੁਇਕ ਸਰਵਿਸ। ਤਮਾਮ ਮਕੈਨੀਕਲ ਕੰਮਾਂ ਦੇ ਲਈ ਤੁਸੀਂ ਇਹਨਾਂ ਨਾਲ ਸੰਪਰਕ ਕਰੋ 317-979-7205। ਲੋਕੇਸ਼ਨ ਹੈ 1315 ਵੈਸਟ ਨਾਨਾ ਐਵੀਨਿਊ, ਇੰਡੀਅਨ ਐਪਲਸ ਦੇ ਵਿੱਚ। ਹਰ ਤਰ੍ਹਾਂ ਦੀ ਦਵਾਈ ਦਾ ਇਲਾਜ, ਬਿਮਾਰੀ ਦਾ ਇਲਾਜ ਹੈ ਜੀ ਡਾਕਟਰ ਹਰਮਿੰਦਰ ਗਿੱਲ ਹੋਰਾਂ ਕੋਲ। 408-737-7100 ਦੇ ਉੱਤੇ ਤੁਸੀਂ ਅਪੁਆਇੰਟਮੈਂਟ ਬਣਾਓ। ਅਕਾਊਂਟਸ, ਬੁੱਕ ਕੀਪਿੰਗ, ਪਰਸਨਲ ਟੈਕਸਿਸ ਦੀਆਂ ਸੇਵਾਵਾਂ ਲੈਣੀਆਂ ਤਾਂ ਤੁਸੀਂ ਮਿੰਦਰ ਸਿੰਘ ਸੋਹਲ ਅਤੇ ਲੋਕਪਾਲ ਸਿੰਘ ਸੋਹਲ ਹੋਰਾਂ ਦੇ ਨਾਲ 253-5206 ਦੇ ਉੱਤੇ ਅਪੁਆਇੰਟਮੈਂਟ ਬਣਾਓ। ਲੋਕੇਸ਼ਨ ਇਹਨਾਂ ਦੀ 249-15104 ਐਵਨਿਊ, ਕੈਂਟ, ਵਾਸ਼ਿੰਗਟਨ ਦੇ ਵਿੱਚ ਹੈ ਜੀ। ਮੱਖਣ ਨਾਗਰਾ ਹੋਰਾਂ ਦੇ ਸਪਾਈਸ ਪਲੇਸ ਇੰਡੀਅਨ ਰੈਸਟੋਰੈਂਟ 'ਤੇ ਤੁਸੀਂ ਡਾਈਨਿੰਗ ਕਰ ਸਕਦੇ ਹੋ, ਫੂਡ ਔਨਲਾਈਨ ਡਿਲੀਵਰੀ ਮੰਗਾ ਸਕਦੇ ਹੋ, ਜਾਂ ਵਿਆਹ ਸ਼ਾਦੀ, ਘਰ ਕੋਈ ਫੰਕਸ਼ਨ ਹੈ, ਮੈਰਿਜ, ਬੱਚੇ ਦਾ ਜਨਮ ਦਿਨ ਹੈ, ਤਾਂ ਤੁਸੀਂ ਕੈਟਰਿੰਗ ਵੀ ਕਰਵਾ ਸਕਦੇ ਹੋ। ਫੋਨ ਨੰਬਰ ਹੈ 206-353-1699 ਅਤੇ ਲੋਕੇਸ਼ਨ ਹੈ ਜੀ 236-09-104 ਐਵੀਨਿਊ 'ਤੇ। ਸੋ ਮੇਰੇ ਨਾਲ ਸਰਦਾਰ ਜਸਵੀਰ ਸਿੰਘ ਪੱਟੀ ਹੋਰੀ ਤੁਰ ਜੁੜ ਗਏ ਨੇ, ਅਤੇ ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਵੀ ਆਪ ਜੀ ਸਾਰੇ ਸਰੋਤਿਆਂ ਅਤੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ, ਸਭ ਤੋਂ ਪਹਿਲਾਂ ਤਾਂ ਚਰਚਾ ਕਰੀਏ ਜਿਹੜਾ ਮਣੀਕਰਨ ਸਾਹਿਬ ਵਿਖੇ ਜੋ ਘਟਨਾ ਵਾਪਰੀ ਹੈ, ਅਤੇ ਉਸ ਤੋਂ ਬਾਅਦ ਪੰਜਾਬ ਦੇ ਅਤੇ ਹਿਮਾਚਲ ਦੇ ਬਾਰਡਰ ਦੇ ਉੱਤੇ ਜੋ ਕੁਝ ਹੋਇਆ, ਇਹਨੂੰ ਤੁਸੀਂ ਕਿਵੇਂ ਲੈ ਕੇ ਚੱਲਦੇ ਹੋ? ਵੇਖੋ, ਜਿਹੜਾ ਮਨੀਕਰ ਸਾਹਿਬ ਜਦੋਂ ਗਏ ਨੇ, ਇਹ ਐਂਟਰ ਜਦੋਂ ਮਨਾਲੀ ਲਾਗੇ ਕਰਦੇ ਜਾ ਕੇ, ਤੇ ਉੱਥੇ ਇੱਕ ਟੈਕਸ ਲੱਗਦਾ ਵਾ, ਗ੍ਰੀਨ ਟੈਕਸ ਜੀ। ਜਿਹੜਾ ਗ੍ਰੀਨ ਟੈਕਸ ਲਾਇਆ ਜਾਂਦਾ ਜੀ, ਇਹ ਜਿਹੜੀਆਂ ਬਾਹਰੋਂ ਆਉਣ ਵਾਲੀਆਂ ਗੱਡੀਆਂ ਹੈਗੀਆਂ, ਉਹਨਾਂ ਦੇ ਹਿਮਾਚਲ ਦੀਆਂ ਗੱਡੀਆਂ ਨੀ, ਜਿਹੜੀਆਂ ਬਾਹਰ ਦੀਆਂ ਹੁੰਦੀਆਂ ਗੱਡੀਆਂ, ਉਹਨਾਂ ਨੂੰ ਲਿਆ ਜਾਂਦਾ। 100 ਰੁਪਈਆ ਮੋਟਰਸਾਈਕਲ ਦਾ 17 ਦਿਨਾਂ ਨੂੰ ਲਿਆ ਜਾਂਦਾ ਵਾ ਰਹਿਣ ਦਾ, 200 ਰੁਪਈਆ ਕਾਰ ਦਾ, ਤੇ 300 ਪਰ ਹੋਰ ਵੀ ਕੀਤਾ ਜੇ ਗੁੱਡ ਵਹੀਕਲ ਜਿਵੇਂ ਟਰੱਕ ਵਗੈਰਾ ਜਾਂਦੇ, ਉਹਨਾਂ ਕੋਲ 400 ਰੁਪਈਆ ਲੈ ਜਾਂਦੇ। ਮਤਲਬ ਹਰ ਕੋਈ ਕੰਪਲਸਰੀ ਹੈ ਉੱਥੇ, ਮਤਲਬ ਗਰੀਨੀ ਨੂੰ ਬੜਾਵਾ ਦੇਣ ਵਾਸਤੇ ਉਹਨਾਂ ਨੇ ਟੈਕਸ ਲਾਇਆ। ਜਿਹੜੇ ਸਾਡੇ ਇੱਥੋਂ ਨੌਜਵਾਨ ਗਏ ਸੀ, ਇਹਨਾਂ ਦਾ ਝਗੜਾ ਸਿਰਫ ਟੈਕਸ ਦੇਣ ਤੋਂ ਹੋਇਆ ਸੀ, ਇਹ ਟੈਕਸ ਕਾਹਦਾ, ਅਸੀਂ ਟੈਕਸ ਨਹੀਂ ਜਾਂਦੇ। ਉਹ ਕਰਦਿਆਂ ਕਰਦਿਆਂ ਉੱਥੇ ਉਹ ਮੁੰਡਿਆਂ ਨਾਲ ਉਲਝ ਗਏ, ਜਿਹੜੇ ਸਾਡੇ ਉੱਥੇ ਉਹਨਾਂ ਦੇ ਉਹਨਾਂ ਦੇ ਮੁੰਡੇ ਸੀ ਆਪਣੇ ਉੱਥੋਂ ਦੇ ਹਿਮਾਚਲ ਦੇ, ਉਹਨਾਂ ਮੁੰਡਿਆਂ ਨੂੰ ਉਲਝ ਗਏ, ਤੇ ਉਹਨਾਂ ਕਹਿਤਾ ਇਹ ਖਾਲਿਸਤਾਨੀ ਵੀ, ਜਿਹੜੇ ਸਾਡੇ ਕੇਸੀ ਝੰਡੇ ਲਾ ਕੇ ਆਏ, ਇਹ ਖਾਲਿਸਤਾਨੀ। ਹੁਣ ਸਾਡੇ ਮੁੰਡੇ ਤੇ ਸਾਰੀ ਹਿੰਦੁਸਤਾਨ ਚ ਘੁੰਮਦੇ ਆ, ਜਿਹੜੇ ਉਹ ਕੇਸੀ ਝੰਡੇ ਲਾ ਕੇ ਮੋਟਰਸਾਈਕਲ ਤੇ ਲਾਉਂਦੇ, ਆਪਣੀਆਂ ਗੱਡੀਆਂ ਤੇ ਲਾਉਂਦੇ, ਆਪਣੇ ਵਹੀਕਲ ਤੇ ਲਾਉਂਦੇ, ਉੱਥੋਂ ਫਿਰ ਇਹਨਾਂ ਦਾ ਪੰਗਾ ਪੈ ਗਿਆ ਵੀ ਜੇ ਤੁਸੀਂ ਇਹਨੂੰ ਖਾਲਿਸਤਾਨੀ ਕਹਿੰਦੇ ਹੋ, ਵੱਖਰੇ ਕਹਿੰਦੇ ਹੋ, ਤੁਹਾਡੀ ਮਰਜ਼ੀ ਕਹੀ ਜਾਓ ਤੁਸੀਂ। ਲੇਕਿਨ ਬਕਾਇਦਾ ਤੌਰ ਤੇ ਉੱਥੋਂ ਦੇ ਮੁੱਖ ਮੰਤਰੀ ਨੇ ਕਿਹਾ ਕੋਈ ਇਹੋ ਜਿਹੀ ਗੱਲ ਨੀ, ਮੁੰਡਿਆਂ ਮੁੰਡਿਆਂ ਦਾ ਝਗੜਾ ਵਾ, ਇਹਨੂੰ ਬਾਤ ਦਾ ਬਤੰਗਾ ਨਾ ਬਣਾਇਆ ਜਾਵੇ ਬਿਲਕੁਲ ਜੀ। ਤੇ ਓਪੋਜੀਸ਼ਨ ਪਾਰਟੀਆਂ ਜਿਹੜੀਆਂ, ਉਹਨਾਂ ਨੂੰ ਮੌਕਾ ਮਿਲ ਜਾਂਦਾ ਵੀ ਅਸੀਂ ਇਹਨੂੰ ਕਿਸ ਤਰੀਕੇ ਨਾਲ ਕਰਨਾ ਵਾ, ਤੇ ਉਹ ਮੁੜ ਕੇ DGP ਪੰਜਾਬ ਨਾਲ ਵੀ ਗੱਲ ਕੀਤੀ ਗਈ, DGP ਪੰਜਾਬ ਨੇ ਆਪਣਾ ਇੰਟਰਸਟ ਲਿਆ, ਤੇ ਇਹਨਾਂ ਨੇ DGP ਪੰਜਾਬ ਨੇ ਬਕਾਇਦਾ ਕਦੇ ਟਵੀਟ ਕਰ ਦਿੱਤਾ ਵੀ ਸਾਡੇ ਮੁੰਡੇ ਬਿਲਕੁਲ ਸੇਫ ਨੇ ਜੀ, ਕੋਈ ਪ੍ਰੋਬਲਮ ਨਹੀਂ ਕਿਸੇ ਕਿਸਮ ਦੀ,
ਉੱਥੋਂ ਦੇ ਮੁੱਖ ਮੰਤਰੀ ਦਾ ਬਿਆਨ ਆ ਗਿਆ, ਉੱਥੋਂ ਦੇ DGP ਦਾ ਬਿਆਨ ਆ ਗਿਆ, ਕਿਉਂਕਿ ਜਦੋਂ ਫਿਰ ਫੋਰਸਾਂ ਆ ਜਾਂਦੀਆਂ ਫਿਰ ਮੌਕਾ ਸੰਭਾਲ ਲੈਂਦੀਆਂ। ਇਹਨਾਂ ਸਾਡੇ ਮੁੰਡਿਆਂ ਨੇ ਕੀ ਕੀਤਾ, ਕੰਮ ਜਿਹੜਾ ਦੂਜਾ ਕੀਤਾ, ਉੱਥੇ ਟ੍ਰੈਫਿਕ ਰੋਕੀ। ਉਹ GT ਰੋਡ ਆ, 1.5 ਘੰਟੇ ਟ੍ਰੈਫਿਕ ਤੁਸੀਂ ਰੋਕੋ, ਉੱਥੇ ਹਾਲਪਾ ਤੇ ਮਰ ਜਾਂਦੀ ਮਿੰਟੋ ਮਿੰਟ। ਉਹ ਟ੍ਰੈਫਿਕ ਕੁੜਕਣੋਂ ਬਾਅਦ ਜਿਹੜਾ ਸੀ ਟੈਨਸ਼ਨ ਹੋਰ ਵੱਧ ਸੀ, ਮੁੜ ਕੇ ਉਹਨਾਂ ਦਾ ਦੋਸ਼ ਆ ਵੀ ਇਹਨਾਂ ਸਾਡੀਆਂ ਗੱਡੀਆਂ ਵੀ ਤੋੜੀਆਂ, 200 ਤੋਂ ਵੱਧ ਗੱਡੀਆਂ ਕਹਿੰਦੇ ਤੋੜੀਆਂ ਸਾਡੀਆਂ। ਕਿੰਨਾ ਨੇ ਤੋੜੀਆਂ? ਮੁੰਡਿਆਂ ਸਾਡੇ ਜਿਹੜੇ ਸਿੱਖ ਕੇ ਮੁੰਡੇ ਗਏ। ਅੱਛਾ ਜੀ। ਇਹਨਾਂ ਨੇ ਉੱਥੇ ਗੱਡੀਆਂ ਵੀ ਤੋੜੀਆਂ ਵਾ, ਬਕਾਇਦਾ ਤੌਰ ਤੇ ਘਰਾਂ ਦੇ ਸ਼ੀਸ਼ ਵੀ ਤੋੜੇ, ਤੇ ਹੁਣ ਉਹ ਇਹ ਵੀ ਦੋਸ਼ ਲਾਉਂਦੇ ਆ ਵੀ ਇਹਨਾਂ ਨੇ ਬੀਅਰ ਦੀਆਂ ਖਾਲੀ ਬੋਤਲਾਂ ਪੀ ਕੇ ਤੇ ਬੰਦਰ ਵੱਲ ਸੁੱਟੀਆਂ ਜੀ। ਤੇ ਹੁਣ ਕਹਿਣ ਨੂੰ ਤੁਸੀਂ ਉਮਰੀ ਜੀ ਕੁਝ, ਲੇਕਿਨ ਉਹਨੇ ਇੰਨੀ ਗੱਲ ਕਹੀ ਆ, ਉੱਥੋਂ ਦੇ ਜਿਹੜੇ ਮੁੱਖ ਮੰਤਰੀ ਨੇ ਸੁਖਵਿੰਦਰ ਸੁੱਖੂ, ਉਹਨੇ ਕਿਹਾ ਇਸ ਘਟਨਾ ਨੂੰ ਬਿਲਕੁਲ ਧਾਰਮਿਕ ਰੰਗ ਦੇਣ ਦੀ ਕੋਸ਼ਿਸ਼ ਨਾ ਕਰੋ। ਦੋ ਮੁੰਡਿਆਂ ਮੁੰਡਿਆਂ ਦਾ ਆਪਸ ਝਗੜਾ ਵਾ, ਇਹਨੂੰ ਬਾਤ ਦਾ ਪਤੰਗਾ ਨਾ ਬਣਾਓ। DGP ਸਾਡੇ ਤੇ ਵੀ ਕਹਿਤਾ, 1.5 ਘੰਟੇ ਬਾਅਦ ਉਹਨਾਂ ਨੂੰ ਸਮਝਾ ਬੁਝਾ ਕੇ ਉਹਨਾਂ ਨੇ ਟ੍ਰੈਫਿਕ ਤੇ ਖੋਲ ਦਿੱਤੀ, ਗਾਹ ਤੋਰ ਵੀ ਦਿੱਤਾ ਉਹਨਾਂ ਨੂੰ, ਲੇਕਿਨ ਝਗੜਾ ਸਿਰਫ ਉਹ ਗ੍ਰੀਨ ਟੈਕਸ ਹੋਇਆ ਜੀ। ਉਸ ਤੋਂ ਬਾਅਦ ਜਿਹੜਾ ਪੰਜਾਬ ਦੇ ਵਿੱਚ ਘਟਨਾਕ੍ਰਮ ਹੋਇਆ, ਰੋਕ ਲੈਣਾ ਬੀਬੀਆਂ ਨੂੰ, ਉਹਨਾਂ ਦੇ ਪਰਿਵਾਰ ਬੈਠਾ ਵਿੱਚ ਸਾਰਾ, ਉਹਨੂੰ ਕਿਵੇਂ ਲੈ ਕੇ ਚੱਲਦੇ ਹੋ? ਮਾੜੀ ਗੱਲ ਹੈ ਜੀ। ਗੱਲ ਤੇ ਆ ਵੀ ਵੇਖੋ ਵੇਖੀ ਘਟਨਾ, ਇੱਕ ਮਿੰਟ ਮਾੜੀ ਜੀ, ਅੱਜ ਤੁਹਾਡੇ ਕੋਲ ਮੋਬਾਈਲ ਕੋਲ ਆ ਜੀ, ਵਟਸਐਪ ਕਰਨ ਦੀ ਡੇਰ, ਭਾਵੇਂ ਝੂਠਾ ਵੀ ਲੋਕੀ ਮਿੰਟ ਯਕੀਨ ਕਰ ਲੈਣ। ਪਹਿਲਾਂ ਹਰ ਚੀਜ਼ ਦੀ ਘੋਖ ਕੀਤੀ ਜਾਣੀ ਚਾਹੀਦੀ, ਖਾਸ ਕਰਕੇ ਜਿਹੜਾ ਸੋਸ਼ਲ ਮੀਡੀਆ ਦੀ ਘੋਖ ਪੂਰੀ ਕੀਤੀ ਜਾਣੀ ਚਾਹੀਦੀ ਆ, ਫਿਰ ਅਗਲੀ ਗੱਲ ਕੋਈ ਕਰੇ ਤੇ ਬੰਦਾ ਫਿਰ ਮੰਨ ਲਈਏ। ਲੇਕਿਨ ਜੇ ਏਦਾਂ ਇਮੀਡੀਏਟਲੀ ਕਾਰਵਾਈ ਕਰੋਗੇ ਤਾਂ ਉਹ ਸਮਾਪਨ ਪੈਦਾ ਕਰੇਗੀ ਸਮਾਜ ਦੇ ਜੀ। ਜੇ ਉਹਨਾਂ ਬੀਬੀਆਂ ਨੂੰ ਰੁਕਿਆ ਤੇ ਬਹੁਤ ਮਾੜੀ ਗੱਲ ਆ, ਏਦਾਂ ਨਹੀਂ ਹੋਣੀ ਚਾਹੀਦਾ। ਤੇ ਉਹਦੇ ਵਾਸਤੇ ਪ੍ਰਸ਼ਾਸਨ ਨੂੰ ਤੇ ਸਾਡੀ ਪੁਲਿਸ ਨੂੰ ਬਕਾਇਦ ਤੌਰ ਤੇ ਕਾਰਵਾਈ ਕਰਕੇ ਇਨਸਾਫ਼ ਦਿਵਾਉਣਾ ਚਾਹੀਦਾ। ਹੁਣ ਉੱਥੇ ਵੀ ਤੇ ਉਹਨਾਂ ਦੇ ਰਾਊਂਡ ਅਪ ਕੀਤੇ ਹੀ ਆ, ਹਿਮਾਚਲ ਦੇ ਵਿੱਚ ਜਿਹੜੇ ਬੰਦਿਆਂ ਗੜਬੜ ਕੀਤੀ ਉਹ ਰਾਊਂਡ ਅਪ ਕੀਤੇ ਪੁਲਿਸ ਨੇ ਬਕਾਇਦਾ ਤੌਰ ਜੀ। ਉਹਨਾਂ ਕਿ ਕਾਨੂੰਨੀ ਕਾਰਵਾਈ ਕਰਾਂਗੇ ਦੋਵਾਂ ਧਿਰਾਂ ਦੇ ਖਿਲਾਫ਼, ਜਿਹਨੇ ਵੀ ਗੜਬੜ ਕੀਤੀ ਇੱਥੇ ਕੋਈ ਨਾ ਕੋਈ। ਅੱਛਾ, ਇੱਕ ਗੱਲ ਹੋਰ ਦੱਸੋ, ਜਿਹੜਾ ਅਨੰਦਪੁਰ ਸਾਹਿਬ ਦੇ ਵਿੱਚ ਕਹਿੰਦੇ ਕੈਨੇਡਾ ਤੋਂ ਆਏ ਸੀ ਨਿਹੰਗ ਸਿੰਘ, ਉਹਨਾਂ ਨੇ ਹੁੱਲੜਬਾਜ਼ਾਂ ਨੂੰ ਰੋਕਿਆ, ਉਹਨਾਂ ਨੂੰ ਕਤਲ ਕਰ ਦਿੱਤਾ ਗਿਆ। ਇੱਕ ਵੀਡੀਓ ਹੋਰ ਵਾਇਰਲ ਆ ਰਹੀ ਹੈ, ਮੁੰਡਾ ਧੂੰਆਂ ਮਰ ਅੱਗੇ ਨੂੰ ਗਾਂਹ ਨੂੰ ਸਲੰਸਰ ਕਰਕੇ ਪੈਟਰੋਲ 'ਚ ਪਾ ਲੈਂਦੇ ਆ ਚਿੱਟਾ ਮੋਬਾਇਲ, ਅਤੇ ਧੂੰਆਂ ਮਾਰ ਮਾਰ ਕੇ ਲੋਕਾਂ ਦੀ ਜਿੰਦ ਕੱਢਦੇ, ਉਹਦੇ ਵੀ ਛਿੱਤਰ ਪਰੇਡ ਕੀਤੀ, ਇਹਨੂੰ ਕਿਵੇਂ ਲੈ ਕੇ ਚੱਲਦੇ ਹੋ? ਬਹੁਤ ਹੋ ਵੇਖੋ, ਪਹਿਲੀ ਗੱਲ ਤੇ ਇਹ ਹੈ ਵੀ ਕਿਤੇ ਜਾ ਕੇ ਤੁਸੀਂ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾਂਦੇ ਹੋ, ਦਰਸ਼ਨ ਕਰਨ ਜਾਂਦੇ ਹੋ, ਸ਼ਾਂਤੀ ਲੈਣ ਜਾਂਦੇ ਹੋ, ਜੇ ਤੁਸੀਂ ਜਾ ਕੇ ਗੜਬੜੀ ਕਰਨੀ ਜਾਣ ਦਾ ਕੀ ਫਾਇਦਾ ਤੁਹਾਨੂੰ? ਜਿਹੜੇ ਨਿਹੰਗ ਸਿੰਘ ਬਾਹਰ ਦੇ ਮੁੰਡੇ ਨਾ, ਜਿਹੜੇ ਯੋਗੀ ਦੇ ਚੇਲੇ ਨੇ, ਤੁਸੀਂ ਵੇਖੋ ਬੜੇ ਪਰਪੱਕ ਨੇ। ਜਦੋਂ ਕਿਤੇ ਉਹ ਕੀਰਤਨ ਕਰਦੇ ਹੋਣ, ਕੋਈ ਸ਼ਬਦ ਖਾਂਦੇ ਨੀ, ਉਹ ਬਿਲਕੁਲ ਪਿਓਰ ਸ਼ਬਦ ਬੋਲਦੇ ਪੰਜਾਬੀ ਦੇ ਵਿੱਚ, ਉਹਨਾਂ ਕੀਰਤਨ ਦੇ ਧਿਆਨ ਨਾਲ ਤੁਸੀਂ ਸੁਣਿਓ ਤੁਸੀਂ, ਤੇ ਜੇ ਉਹਨਾਂ ਗੜਬੜ ਹੁੰਦੀ ਵੇਖ ਕੇ ਕਿਤੇ ਰੋਕੀ ਆ ਤੇ ਉਹਨਾਂ ਜਿਆਸਤੀ ਕੀਤੀ ਜਾਣੀ, ਉਹਨਾਂ ਤੇ ਹਮਲਾ ਕਰਨਾ, ਮੈਂ ਸੋਚਦਾ ਕੋਈ ਸਿਆਣਫ ਨਹੀਂ ਹੈਗੀ ਇਹਦੇ ਤੇ, SDPC ਨੂੰ ਇਮੀਡੀਏਟਲੀ ਕਦਮ ਚੁੱਕਣੇ ਚਾਹੀਦੇ ਆ। ਉਹ ਤੇ ਬੋਲੀ ਨੀ ਤੱਕ SDPC ਦੇ ਉੱਤੇ, ਤੁਸੀਂ ਮੈਨੂੰ ਦੱਸ ਰਹੇ ਪਿਆ ਗੱਲ ਹੈਗੀ ਹੈ, ਮੈਨੂੰ ਵੀ ਨੀ ਪਤਾ ਇਸ ਗੱਲ ਦਾ ਵੀ ਗੱਲ ਹੈਗੀ ਆ, ਲੇਕਿਨ SDPC ਨੀ ਬੋਲੀ, ਕੋਈ ਪ੍ਰਸ਼ਾਸਨ ਨੀ ਬੋਲਿਆ, ਕਿਸੇ ਨੇ ਕੋਈ ਗੱਲ ਨੀ ਕੀਤੀ ਜੀ। ਆਮ ਤੌਰ ਤੇ ਹੋਲੇ ਮਹੱਲੇ ਦੇ ਉੱਤੇ ਬਕਾਇਦਾ ਤੌਰ ਤੇ ਉੱਥੇ ਕੋਈ ਨਾ ਕੋਈ ਗੜਬੜ ਹੁੰਦੀ ਹੈ ਜ਼ਰੂਰ, ਕੋਈ ਜੀ, ਕਈ ਸ਼ਰਾਰਤੀ ਅੰਸਰ ਜਾ ਕੇ ਕਰਦੇ ਆ। ਤੁਹਾਨੂੰ ਪਤਾ ਹੋਏਗਾ ਦਾਨੇ ਵਾਲੀਆ ਸਾਹਿਬ, 2 ਫਰਵਰੀ 1984 ਨੂੰ ਜਿਹੜਾ ਸਾਡਾ ਇੱਕ ਕਾਂਡ ਹੁੰਦਾ ਨਖੋਦਰ ਵਾਲਾ ਜੀ, ਚਲੋ ਉਹ ਕਾਂਡ ਹੋ ਗਿਆ ਮੋਗਿਆ, ਤੇ ਤੁਹਾਨੂੰ ਪਤਾ ਵੀ ਜਿਹੜਾ ਹੋਲੇ ਮਹੱਲੇ ਦੇ ਉੱਤੇ ਮਾਰਚ ਦੇ ਵਿੱਚ 1986 ਨੂੰ ਕਾਂਡ ਹੁੰਦਾ ਵਾ, ਉਹਦੇ ਵਿੱਚ 5 ਮੁੰਡੇ ਫਿਰ ਮਾਰੇ ਜਾਂਦੇ ਆ ਜੀ, ਕਿ ਫੈਡਰੇਸ਼ਨ ਨੇ ਆਪਣੀ ਵੱਖਰੀ ਸਟੇਟ ਲਾਈ ਆ ਤੇ ਅਕਾਲੀ ਦਲ ਦੀ ਵੱਖਰੀ ਹੈ, ਇਹ ਉੱਥੋਂ ਜਾਂਦੇ ਨੀ, ਅਸੀਂ ਜੀ ਰੋਕਾਂਗੇ, ਜਿਹੜੀ ਰੋਕਾਂਗੇ ਅਸੀਂ ਜੀ, ਉਹ ਨਹੀਂ ਰੋਕਣ ਦਿੰਦੇ, ਮੁੜ ਕੇ ਉੱਥੇ ਗੋਲੀ ਚੱਲਦੀ ਹੈ ਪੁਲਿਸ ਕੋਲ ਜੀ, 5 ਮੁੰਡੇ ਉੱਥੇ ਮਰ, ਜਿਹਨਾਂ ਦਾ ਕੋਈ ਜ਼ਿਕਰ ਨਹੀਂ ਹੈਗਾ ਜੀ, ਉਦੋਂ ਮੁੜ ਕੇ ਜਿਹੜੀ ਅਰੁਣਾਚਲ ਪ੍ਰਦੇਸ਼ ਤੇ ਸਾਡੀ ਚਾਈਨਾ ਨਾਲ ਕੋਈ ਗੜਬੜ ਹੋ ਜਾਂਦੀ ਆ, ਸਾਰੀ ਜਿਹੜੀ ਡਰਾਈਵਰ ਜਿਹੜੀ ਉਸ ਪਰ ਧਿਆਨ ਚਲ ਜਾਂਦਾ ਸਾਰਿਆਂ ਦਾ, ਉਹ ਮੁੜ ਕੇ ਉਹ ਖਬਰ ਖੁਣ ਰੋਲ ਜਾਂਦੀਆਂ ਜੀ। ਤੇ ਉਸੇ ਸਮੇਂ ਦੇ ਉੱਤੇ ਹੀ ਬ੍ਰਹਮਪੁਰੇ ਧਰੇ ਨੇ ਇੱਕ ਮਨਜੀਤ ਸਿੰਘ ਬਨਿਆਸ ਹੁੰਦਾ ਸੀ, ਸ਼੍ਰੋਮਣੀ ਅਕਾਲੀ ਦਲ ਜਨਰਲ ਸਕੱਤਰ ਜੀ, ਉਹਦੀ ਕੁੱਟਮਾਰ ਕੀਤੀ ਸੀ ਸਟੇਜ ਦੇ ਉੱਤੇ ਗੁਰੂ ਸਾਹਿਬ ਦੀ ਝੁਰੀ ਦੇ ਵਿੱਚ ਜੀ, ਪੱਗ ਪੂ ਖਿਲਾਰਤੀ ਸੀ ਉਹਦੀ,
ਤੋ ਉੱਥੋਂ ਬਾਹਰ ਆਇਆ ਤੇ ਉੱਤੋਂ ਜਿਹੜਾ ਸੀ ਸਾਡਾ ਹੈਗੇ ਨੇ ਆਪਣੇ ਉਦੋਂ ਮਾਲ ਮੰਤਰੀ ਹੁੰਦੇ ਸੀ ਬੋਕੇ ਜੀ ਇਹ ਉੱਤੋਂ ਤੁਰੇ ਆਉਂਦੇ ਸੀ ਤੇ ਅੱਗੇ ਖੜਾ ਉਹਨੂੰ ਕਹਿੰਦਾ ਜੀ ਆਹ ਵੇਖੋ ਜਹਦਰ ਜੀ ਮੇਰਾ ਕੀ ਹਾਲ ਕੀਤਾ ਮੁਸਕਣ ਲੱਗਾ ਮੇਰੇ ਕੋਲ ਪੱਗ ਖਿਲਾਰੀ ਲਾਹ ਪੀ ਹੈ ਮੇਰੇ ਵਾਲ ਖਿਲਾਰੀ ਮੇਰਾ ਮੰਦਾ ਹਾਲ ਕੀਤਾ ਮੈਂ ਅਮਰਦੀਪ ਸਿੰਘ ਜੀ ਉਹ ਬੋਲਦਾ ਬੜੀ ਉੱਚੀ ਸੀਗਾ ਉਹਨੇ ਅੱਗੋਂ ਕੀ ਕਿਹਾ ਆਂਦਾ ਵਾ ਇਹ ਮਨਜੀਤ ਸਿਆਂ ਚਿੰਤਾ ਨਾ ਕਰ ਸਾਡੀ ਇਹ ਪਰੰਪਰਾ ਵਾ ਪੱਕਾ ਤੇ ਸੱਚਾ ਅਕਾਲੀ ਦਲ ਛਿੱਤਰ ਖਾ ਕੇ ਤੇ ਛਿੱਤਰ ਪੁੰਦੇ ਤੇ ਬਾਹਰ ਹੀ ਬਣਦਾ ਇਹ ਸ਼ਬਦ ਸੀ ਇੱਕ ਮੰਤਰੀ ਦੇ ਅਕਾਲੀ ਆਗੂ ਦੇ ਸ਼ਬਦ ਸੀ ਉਹਦੇ ਤੇ ਮੈਂ ਆਰਟੀਕਲ ਵੀ ਲਿਖਿਆ ਸੀ ਬੜਾ ਤਗੜਾ ਮੁੜ ਕੇ ਦੱਸਿਆ ਸੀ ਕਿਹਦੀ ਪਾਰਟੀ ਨੇ ਕਦੋਂ ਲਾਈ ਹੈ ਇਸ ਕਰਕੇ ਉੱਥੇ ਘਟਨਾਵਾਂ ਜਾਂਦੇ ਹੋ ਤੁਸੀਂ ਭਾਈ ਮੱਥਾ ਟੇਕਣ ਜਾਂਦੇ ਹੋ ਮੱਥਾ ਟੇਕੋ ਆਪਣਾ ਆਰਾਮ ਨਾਲ ਵਾਪਸ ਆਓ ਤੇ ਲੋਕਾਂ ਨੂੰ ਵੀ ਚਾਹੀਦਾ ਵੀ ਸ਼ਾਂਤੀ ਬਣੇ ਹੀ ਰੱਖਣ ਤੇ ਉੱਥੇ ਪ੍ਰਬੰਧ ਜਿਹੜੇ ਉਹ ਪ੍ਰਸ਼ਾਸਨ ਨੂੰ ਤੇ ਐਸਡੀਪੀਸ਼ਨ ਪੂਰੇ ਕਰਨੇ ਚਾਹੀਦੇ ਜੀ ਬਿਲਕੁਲ ਪੱਟੀ ਸਾਹਿਬ ਤੁਹਾਡੀ ਗੱਲ ਸਹੀ ਹੈ ਕਿ ਪ੍ਰਸ਼ਾਸਨ ਨੂੰ ਤਮਾਮ ਇੰਤਜ਼ਾਮ ਜਿਹੜੇ ਨੇ ਕਰਨੇ ਚਾਹੀਦੇ ਹੈ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਦਿੱਲੀ ਤੋਂ ਬਾਅਦ ਜਿਹੜੀ ਉੱਥੋਂ ਦੀ ਆਬਾਕਾਰੀ ਨੀਤੀ ਸੀ ਹੁਣ ਕਹਿੰਦੇ ਪੰਜਾਬ ਦੀ ਆਬਾਕਾਰੀ ਨੀਤੀ ਦੇ ਉੱਤੇ ਵੀ ਸਵਾਲ ਚੁੱਕਣੇ ਸ਼ੁਰੂ ਹੋ ਗਏ ਅਤੇ ਨਿਆਂਇਕ ਜਾਂਚ ਦੀ ਮੰਗ ਉੱਠ ਖੜੋਤੀ ਹੈ ਜੀ ਦੇਖੋ ਕੱਲ੍ਹ ਜਿਹੜੀ ਬਕਾਇਦਾ ਤੌਰ 'ਤੇ ਮੁੱਖ ਮੰਤਰੀ ਸਾਹਿਬ ਦੇ ਵਿਰੋਧੀ ਧਿਰ ਦੇ ਸਾਡੇ ਮਾਨਯੋਗ ਬਾਜਵਾ ਸਾਹਿਬ ਦੀਆਂ ਗੱਲਾਂ ਬਾਤਾਂ ਹਾਊਸ ਦੇ ਵਿੱਚ ਹੋਈਆਂ ਉਹ ਮੁੱਖ ਮੰਤਰੀ ਦੇ ਮੂੰਹ ਫੱਬਦੀਆਂ ਨੇ ਜੀ ਜਾਂ ਤੋ ਉਹ ਨਵੇਂ ਨੇ ਜਾਂ ਕੋਈ ਜਾਣਕਾਰੀ ਨਹੀਂ ਚਾਹੀਦਾ ਇਹ ਹੁੰਦਾ ਵੀ ਮੁੱਖ ਮੰਤਰੀ ਆਰਾਮ ਨਾਲ ਆਪਣੀ ਸੀਟ ਤੇ ਬੈਠਾ ਹੁੰਦਾ ਜੋ ਕੋਈ ਬੋਲਦਾ ਸਭ ਕੁਝ ਨੋਟ ਕਰੀ ਜਾਂਦਾ ਜੀ ਅਖੀਰ ਦੇ ਉੱਤੇ ਜਦੋਂ ਮੁੱਖ ਮੰਤਰੀ ਨੇ ਬੋਲਣਾ ਹੁੰਦਾ ਉਦੋਂ ਕੋਈ ਨੀ ਬੋਲਦਾ ਉਹ ਸਾਰੇ ਸੁਣਦੇ ਆ ਭਾਵੇਂ ਕੈਪਟਨ ਅਮਰਿੰਦਰ ਸਿੰਘ ਲੈ ਲਓ ਤੇ ਭਾਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲੈ ਲਓ ਜੀ ਲੇਕਿਨ ਕੱਲ ਜਿਵੇਂ ਮੇੜੋ ਮਣੀ ਹੋਏ ਨੇ ਮੈਂ ਸੋਚਦਾ ਵੀ ਉਹ ਬਹੁਤਾ ਚੰਗਾ ਨੀ ਕਿਉਂਕਿ ਬਾਜਵਾ ਸਾਹਿਬ ਨੇ ਕਹਿਤਾ ਜਿਸ ਤਰੀਕੇ ਨਾਲ ਤੁਸੀਂ ਵਿਜੀਲੈਂਸ ਨੂੰ ਵਰਤ ਰਹੇ ਹੋ ਤੇ ਚੰਗੀ ਗੱਲ ਇਹ ਆ ਵੀ ਵਿਜੀਲੈਂਸ ਦਫ਼ਤਰ ਤੇ ਜਾ ਕੇ ਝੰਡਾ ਲਾ ਦਿਓ ਆਮ ਆਦਮੀ ਪਾਰਟੀ ਦਾ ਸ਼ਬਦ ਉਹਨਾਂ ਨੇ ਇਹ ਵਰਤੇ ਸੀ ਉਹਦੇ ਜਵਾਬ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਲਾ ਦਿਓ ਤੇ ਉਹਨਾਂ ਕਿਹਾ ਵੀ ਤੁਸੀਂ ਵੇਖੋ ਅਸੀਂ ਵੇਖ ਲਾਂਗੇ ਤੁਹਾਨੂੰ ਅਸੀਂ ਕੋਈ ਵੀ ਬੰਦਾ ਜਿਹਨੇ ਵੀ ਭ੍ਰਿਸ਼ਟਾਚਾਰ ਫੜਾਇਆ ਵਾ ਉਹਨੂੰ ਬਿਲਕੁਲ ਬਖਸ਼ਾਂਗੇ ਨੀ ਬਿਲਕੁਲ ਬਖਸ਼ਣ ਨੂੰ ਚਾਹੀਦਾ ਜੀ ਦਾਦੇ ਵਾਲੀ ਸਾਹਿਬ ਅੱਜ ਦੀ ਸਰਕਾਰ ਵਿਜੀਲੈਂਸ ਦੀ ਤੇ ਭ੍ਰਿਸ਼ਟਾਚਾਰ ਦੀ ਬਣ ਕੇ ਰਹਿ ਗਈ ਬਾਕੀ ਵਿਕਾਸ ਮੁਕਸ ਵਾਲੀ ਕਹਾਣੀ ਖਤਮ ਹੋ ਕੋਈ ਗੱਲ ਹੀ ਨਹੀਂ ਕਰਦਾ ਉੱਥੇ ਬਸ ਵਿਜੀਲੈਂਸ ਆਹ ਫੜ ਲਿਆ ਤੇ ਆਹ ਫੜ ਲਿਆ ਚੈੱਕ ਕਰ ਲਿਆ ਬਸ ਉਹੀ ਖਬਰ ਹੁੰਦੀ ਬਾਕੀ ਕੋਈ ਨਹੀਂ ਜੀ ਬਿਲਕੁਲ ਬਿਲਕੁਲ ਇਹੀ ਕੰਮ ਹੀ ਹੈ ਪੁਲਿਸ ਵਾਲੇ ਫੜਦੇ ਉਹਨਾਂ ਨੇ ਇੰਨੀ ਗੱਲ ਕਹੀ ਵੀ ਤੁਸੀਂ ਸਾਨੂੰ ਕਹਿੰਦੇ ਹੋ ਨਾ ਜਿੰਨੇ ਮਰਜ਼ੀ ਫੜ ਲਓ ਸਾਡੇ ਬੰਦੇ ਤੁਸੀਂ ਜੇ ਕਿਸੇ ਜੇ ਕ੍ਰਾਈਮ ਕੀਤਾ ਤਾਂ ਕੋਈ ਗੱਲ ਨਹੀਂ ਫੜੋ ਤੁਸੀਂ ਲੇਕਿਨ ਇਹ ਗੱਲ ਯਾਦ ਰੱਖਿਓ ਵੀ ਦਿੱਲੀ ਵਾਲੀ ਟੀਮ ਇੱਥੇ ਵੀ ਆ ਰਹੀ ਜੀ ਤੁਹਾਡੀ ਵਾਰੀ ਵੀ ਆ ਰਹੀ ਇਸ ਕਰਕੇ ਦੋਵੇਂ ਅਮਲ ਸਮਝੋ ਕਿ ਮਿਣ ਮਿਣੀ ਹੋ ਗਏ ਤੁਸੀਂ ਚੋਰ ਹੋ ਕੇ ਤੁਸੀਂ ਚੋਰ ਮੁੜ ਕੇ ਇਹ ਉੱਥੋਂ ਬਾਈਕਟ ਕਰਕੇ ਚੱਲੇ ਜੀ ਇਹਨਾਂ ਦੇ ਬਕਾਇਦਾ ਫਿਰ ਇੱਕ ਸਵੇਰੇ ਮਤਾ ਪਾਸ ਕੀਤਾ ਕਿ ਜਿੰਨਾ ਚਿਰ ਤੱਕ ਉੱਥੇ ਬਕਾਇਦਾ ਤੌਰ ਤੇ ਭਗਵੰਤ ਮਾਨ ਹਾਊਸ ਰਹੇਗਾ ਸਾਡੀ ਜਿਹੜੀ ਕਾਂਗਰਸ ਉਹ ਬਾਈਕਟ ਜੀ ਅੱਜ ਵੀ ਉਹਨਾਂ ਇਹੀ ਕੀਤਾ ਜਿੰਨਾ ਚਿਰ ਭਗਵੰਤ ਮਾਨ ਨਹੀਂ ਆ ਉਹ ਹਾਊਸ 'ਚ ਰਹੇ ਜਦੋਂ ਉਹ ਆ ਗਿਆ ਉਹ ਚਲੇ ਗਏ ਉੱਥੋਂ ਉੱਠ ਕੇ ਅਸੀਂ ਨਹੀਂ ਜਾਣਾ ਅੱਜ ਵੀ ਉਹਨਾਂ ਦਾ ਇਹੀ ਆ ਵੀ ਇਹ ਮਾਫ਼ੀ ਮੰਗੇ ਵੀ ਜੇ ਇੱਕ ਮੁੱਖ ਮੰਤਰੀ ਹੋ ਕੇ ਇੱਕ ਸਦਨ ਨੂੰ ਤੂੰ ਸ਼ਾਂਤੀ ਬਣਾਈ ਰੱਖਣੀ ਕਿ ਆਪ ਖਰਾਬ ਕਰਨਾ ਨਾਲੇ ਦੇਖੋ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹਿਣੀ ਕਿ ਮੈਨੂੰ ਤੁਹਾਡਾ ਪਤਾ ਵੀ ਮੈਂ ਫਿਰ ਤੂੰ ਫੜ ਕੇ ਅੰਦਰ ਦੇ ਮੁੱਖ ਮੰਤਰੀ ਕਹਦੇ ਹੋ ਤੁਸੀਂ ਦੇ ਉਹ ਤਾਂ ਕਹਿਣ ਡਿਆ ਹਾਂ ਉਹ ਤੇ ਕਹਿਣ ਡਿਆ ਵੀ ਅਸੀਂ ਜੇ ਗੁਨਾਹ ਕੀਤਾ ਸਾਡੇ ਪਰਚਾ ਦੇ ਅੰਦਰ ਕਿਉਂ ਭਾਇ ਸੰਦੇ ਤੁਸੀਂ ਤੇ ਕਿਉਂ ਵੇਹਦੇ ਤੁਸੀਂ ਇਹ ਤੇ ਬਾਜੀ ਦੇ ਠੋਕ ਜਾ ਕੇ ਗੱਲ ਕਹੀ ਜੀ ਜੇ ਤੂੰ ਕਹਿੰਦਾ ਆ ਚੋਰ ਫਲਾਣਾ ਚੋਰ ਦਿਓ ਫੜ ਕੇ ਅੰਦਰ ਤੁਸੀਂ ਇਸ ਕਰਕੇ ਜੇ ਉਹਨੇ ਜ਼ਮੀਨ ਦਾ ਮੁੱਦਾ ਠਾਇਆ ਸੀ ਖਹਿਰੇ ਦੇ ਉੱਤੇ ਜਿਹੜਾ ਆਪਣਾ ਹੈਗਾ ਕੁਲਦੀਪ ਧਾਰੀਵਾਲ ਕਹਿੰਦਾ ਵੀ ਤੇਰੇ ਪਿੰਡ ਦੀ ਜ਼ਮੀਨ ਦੇ ਹੜੂ ਆ ਕੇ ਕਾਗਜ਼ ਆ ਗਈ ਕਹਿੰਦਾ ਵਿਖਾਓ ਕਰੋ ਕੰਮ ਕਾਰਵਾਈ ਕਿਉਂ ਨਹੀਂ ਕਰਦੇ ਫਿਰ ਤੁਸੀਂ ਜੀ ਮੈਂ ਮੁਕਰੂੰਗਾ ਨੀਗਾ ਜਿਹੜੀ ਗੱਲ ਮੈਂ ਇੱਥੇ ਕਹਿ ਕੇ ਚੱਲੇ ਮੈਂ ਬਿਲਕੁਲ ਨੀ ਮੁਕਰੂੰਗਾ ਜੀ ਤੁਸੀਂ ਕਰੋ ਮੇਰੇ ਤੇ ਕਾਰਵਾਈ ਐਕਚੁਲੋ ਦਾਨੇ ਕੋਲ ਅਨਾੜੀਪਣ ਬਹੁਤ ਜ਼ਿਆਦਾ ਸਭ ਤੋਂ ਸੀਨੀਅਰ ਬੰਦਾ ਜਿਹੜਾ ਵਾ ਉਹ ਪ੍ਰਤਾਪ ਬਾਜਵਾ ਹੀ ਹੈਗਾ ਬਾਕੀ ਤੇ ਮੈਨੂੰ ਵਿਖਾਈ ਦਿੰਦਾ ਉਹ ਕਹਿੰਦੇ ਬੰਦਾ ਇਹਨਾਂ ਦੇ ਵਿੱਚੋਂ ਜਿਹੜਾ ਪੰਜਾਬ ਦਾ ਭਾਜਪਾ ਦਾ ਪ੍ਰਧਾਨ ਵੀ ਕਾਂਗਰਸ ਦਾ ਪ੍ਰਧਾਨ ਵੀ ਰਿਹਾ ਵਾ ਜਿਹੜਾ ਐਮ ਐਲ ਏ ਵੀ ਰਿਹਾ ਜਿਹੜੇ ਮਿਨਿਸਟਰ ਵੀ ਰਿਹਾ ਉਹ ਰਾਜ ਸਭਾ ਮੈਂਬਰ ਵੀ ਰਿਹਾ ਐਮ ਪੀ ਵੀ ਸਾਰੇ ਜਗ੍ਹਾ ਰਿਹਾ ਉਹ ਸਭ ਤੋਂ ਸੀਨੀਅਰ ਬੰਦਾ ਇਹਨੂੰ ਸਾਰੇ ਸਤਿਕਾਰ ਕਰਨਾ ਚਾਹੀਦਾ ਤੁਹਾਨੂੰ ਪਤਾ ਹੋਏਗਾ ਅੱਜ ਤੇ ਅਮਨ ਅਰੋੜਾ ਬੋਲਦਾ ਤੂੰ ਕਰਕੇ ਪਹਿਲਾਂ ਸ਼ੁਰੂ ਸ਼ੁਰੂ ਕਹਿੰਦਾ ਸੀ ਮੇਰੇ ਵੱਡੇ ਸਤਿਕਾਰਯੋਗ ਨੇ ਜੀ ਮੈਂ ਇਹਨਾਂ ਨਾਲ ਕੰਮ ਬੜੇ ਤਰੀਕੇ ਸਲੀਕੇ ਨਾਲ ਗੱਲ ਕਰਦਾ ਸੀ ਕੱਲ੍ਹ ਭਾਵੇਂ ਆਪਣੀ ਤੂੰ ਕਰ ਲਈ ਕੋਈ ਗੱਲ ਨਹੀਂ ਵਧੀਆ ਕੀਤਾ
ਉਹ ਮੰਚ ਇਹੋ ਜਿਹਾ ਜਿੱਥੇ ਤਰੀਕੇ ਤੇ ਸਲੀਕੇ ਤੇ ਸਵਾਦ ਨਾਲ ਗੱਲ ਕਰਨੀ ਪਊਗੀ। ਜੇ ਉੱਥੇ ਜੁੱਤੀ ਪੂਲਾ ਖੜਾ ਹੋ ਜੁੱਤੀ ਪੂਲਾ ਉਹ ਮੰਚ ਨਹੀਂ ਹੈਗਾ। ਜੀ ਹੁਣ ਇਹ ਜਾ ਕੇ ਅੱਜ ਮਿਲੇ ਨੇ ਬਕਾਇਦਾ ਤੌਰ ਤੇ ਉਹਨੂੰ ਆਪਣੇ ਨੂੰ ਗਵਰਨਰ ਨੂੰ ਗਵਰਨਰ ਨੂੰ ਇਹ 6 ਜਿਹੜੇ ਹੈਗੇ ਸੀ ਐਮ ਐਲ ਏ ਕਾਂਗਰਸੀ ਉਹ ਕਹਿ ਰਹੇ ਨੇ ਮੰਗ ਪੱਤਰ ਦਿੱਤਾ ਵੀ ਜਿਹੜੀ ਪੰਜਾਬ ਦੀ ਐਕਸਾਈਜ਼ ਪਾਲਿਸੀ ਜੀ ਇਹ ਡਿਕਟੋ ਕਾਪੀ ਦਿੱਲੀ ਦੀ ਕਾਪੀ ਹੈ। ਜੇ ਦਿੱਲੀ ਦੇ ਵਿੱਚ ਇੰਨਾ ਕੁਛ ਨਿਕਲ ਰਿਹਾ ਤੇ ਫਿਰ ਅਸੀਂ ਗਵਰਨਰ ਸਾਹਿਬ ਨੂੰ ਬੇਨਤੀ ਕਰਨ ਵਾਸਤੇ ਆਏ ਹਾਂ ਵੀ ਤੁਸੀਂ ਇੱਕ ਸਿਟਿੰਗ ਜੱਜ ਹਾਈਕੋਰਟ ਦਾ ਉਹਦੀ ਇੱਕ ਕਮੇਟੀ ਬਣਾਓ ਜੀ ਇੱਕ ਕਮਿਸ਼ਨ ਬਣਾਓ ਉਹਦੇ ਕੋਲੋਂ ਪੰਜਾਬ ਦੀ ਮਾਈਨਿੰਗ ਦਾ ਤੇ ਇਹਦਾ ਆਪਣੇ ਦਾ ਜਿਹੜਾ ਐਕਸਾਈਜ਼ ਦਾ ਜਿਹੜਾ ਸੀ ਪੂਰੇ ਦਾ ਪੂਰਾ ਇਹ ਤੁਸੀਂ ਜਿਹੜਾ ਵਾ ਇਹਦੀ ਜਾਂਚ ਕਰਾਓ ਜੀ ਆਪੇ ਸਟੇਜ ਸਾਹਮਣੇ ਆ ਜਾਊਗੀ ਕਿੱਥੇ ਕੋਈ ਘਾਲਾ ਮਾਲਾ ਵਾ। ਉਹ ਕਹਿੰਦਾ ਉਹਨੇ ਗੱਲ ਵਧੀਆ ਕਹੀ ਬੜੀ ਵਧੀਆ ਉਹ ਕਹਿੰਦਾ ਸੀ ਇਹ ਕਹਿੰਦੇ ਆ ਜੀ ਅਸੀਂ ਜਿਹੜਾ ਵਾ ਉਹ 20,000 ਕਰੋੜ ਰੁਪਈਆ ਮਾਈਨਿੰਗ ਤੋਂ ਲੈ ਆਉਣਾ ਸੀ ਜੀ ਤੇ ਆਇਆ ਇਹਨਾਂ ਕੋਲ ਸਿਰਫ 125 ਕਰੋੜ ਬਾਕੀ 1,875 ਕਰੋੜ ਕਿੱਥੇ ਹੈਗਾ ਦੱਸ ਦੇ ਸਾਨੂੰ। ਤੁਹਾਨੂੰ ਪਤਾ ਹੋਏਗਾ ਉਦੋਂ ਇਹਨਾਂ ਨੇ ਇੱਕ ਆਪਣੇ ਮੇਰੇ ਕੇਜਰੀਵਾਲ ਸਾਹਿਬ ਇੱਕ ਇਹਨਾਂ ਦੀ ਇੱਕ ਡਰਾਫਟਿੰਗ ਕੀਤੀ ਸੀ ਬਕਾਇਦਾ ਤੌਰ ਤੇ ਜੀ ਉਹ ਮੈਨੂੰ ਮਿਲ ਗਈ ਮੈਂ ਤੁਹਾਨੂੰ ਸੁਣਾ ਦੱਸ ਵੀ ਦੂੰਗੇ ਕਿਹੜੀ ਸੁਣਾਓ 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 ਜਿਹਦੇ ਵਿੱਚ ਇਹਨਾਂ ਨੇ ਇੰਨੀ ਗੱਲ ਕਹੀ ਸੀ ਵੀ ਅਸੀਂ ਇਹਦੇ ਵਿੱਚ ਬਕਾਇਦਾ ਤੌਰ ਤੇ ਜਿਹੜਾ ਵਾ 20,000 ਕਰੋੜ ਰੁਪਇਆ ਇੱਥੋਂ ਮਹੀਨੇ ਚੋਂ ਕੱਢ ਲੈਣਾ 30,000 ਕਰੋੜ ਰੁਪਇਆ ਅਸੀਂ ਪੰਜਾਬ ਚੋਂ ਕੱਢ ਲੈਣਾ 40,000 1,00,000 ਦੇ ਕਰੀਬ ਲੱਗੇ 1,00,000 ਕਰੋੜ ਰੁਪਇਆ ਸਾਡਾ ਆਉਂਦਾ ਵੱਟਦੇ ਪਿਆ ਜਿਹੜਾ ਲਿਆ ਕੇ ਤੁਸੀਂ ਪੰਜਾਬ ਦੀ ਡਿਵੈਲਪਮੈਂਟ ਪੂਰੀ ਕਰ ਦੇਣੀ ਜੀ। ਉਸ ਟਾਈਮ ਤੇ ਮੈਂ ਜਾ ਕੇ ਫਿਰ ਮਿਲਿਆ ਸੀ ਮੈਂ ਕਿਹਾ ਤੁਸੀਂ ਮੰਤਰੀ ਰਹੇ ਹੋ ਗੁਰੂ ਆਪਣੇ ਸੁੱਖ ਸਰਕਾਰੀਏ ਨੂੰ ਤੁਸੀਂ ਦੱਸੋ ਹੋ ਸਕਦਾ। ਉਹ ਕਹਿੰਦਾ ਭਾਜੀ ਮੈਂ ਬੜੀ ਮੁਸ਼ਕਲ ਨਾਲ 500 ਕਰੋੜ ਤੇ ਲੈ ਕੇ ਆਇਆ ਜੇ ਇਹ ਪੋਸੀਬਲ ਨੀ ਇਹ ਜੋ ਮਰਜ਼ੀ ਕਹੀ ਜਾਣ 20,000 ਕਰੋੜ ਕਹਿੰਦੀ ਕਹਿੰਦੇ ਵੀ ਜੇ 1,000 ਕਰੋੜ ਤੱਕ ਵੀ ਲੈ ਜਾਣ ਨਾ ਅਸੀਂ ਇਹਨਾਂ ਦਾ ਪਾਣੀ ਭਰਾਂਗੇ ਵੀ ਇਹਨਾਂ ਨੇ ਬੜੀ ਵੱਡੀ ਮਾਰਕਾ ਮਾਰ ਲਿਆ ਜੀ। ਇਸ ਕਰਕੇ ਇਹਨਾਂ ਨੇ ਇਹ ਜੋ ਮਰਜ਼ੀ ਕਹੀ ਜਾਣ ਇਹ ਗੱਲ ਬਣਨੀ ਨੀ ਇਹਨਾਂ ਦੀ ਤੇ ਇਹ ਹੁਣ ਜਿਹੜੇ ਆ ਉਹ ਇਹ ਜਾ ਕੇ ਦਿਆ ਦਰਖਾਸਤ ਉਹਨੂੰ ਨਾਲ ਕਹਿ ਆਇਆ ਜੀ ਵੀ ਬਾਕੀਆਂ ਦੀ ਜਾਂਚ ਤੁਸੀਂ ਕਰਾ ਰਹੇ ਹੋ ਤੇ ਫਰਾਰੀ ਨੂੰ ਕੁਛ ਛੱਡਿਆ ਜੀ ਜਿਹਦਾ ਸਭ ਕੁਛ ਬਾਹਰ ਆ ਚੁੱਕਾ ਸੀਗਾ ਜੀ ਉਹਦੇ ਖਿਲਾਫ ਕਾਰਵਾਈ ਕੋਈ ਨੀ ਕੀਤੀ ਤੁਸੀਂ ਇਹ ਕੁਛ ਲੈ ਕੇ ਮੁੱਦੇ ਲੈ ਕੇ ਤੇ ਇਹ ਮੰਗ ਪੱਤਰ ਦੇ ਕੇ ਆਏ ਨੇ ਤੇ ਇਹਨਾਂ ਨੇ ਫਿਰ ਉੱਥੇ ਦੁਹਰਾਇਆ ਪ੍ਰੈਸ ਦੇ ਸਾਹਮਣੇ ਵੀ ਜਿੰਨਾ ਚਿਰ ਤੱਕ ਇਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਮਾਫ਼ੀ ਨੀ ਮੰਗਦੇ ਸਾਡੇ ਕੋਲ ਉਹਨਾਂ ਤੇ ਅੰਦਰ ਨਹੀਂ ਜਾਵਾਂਗੇ ਜਦੋਂ ਅੰਦਰ ਜਾਣਗੇ ਅਸੀਂ ਬਾਹਰ ਆਵਾਂਗੇ ਜੀ ਜੀ ਉਹਨਾਂ ਦੀ ਬ੍ਰੇਕਅਪ ਕੀ ਸੀ ਉਹ ਕਹਿੰਦੇ ਸੀ ਪੰਜਾਬ ਦੇ ਵਿੱਚ 1,000 ਕਰੈਸ਼ਰ ਇੱਥੋਂ ਹਰ ਜਲ 1,00,000 ਟਰੱਕ ਬਜਰੀ ਦਾ ਨਿਕਲਦਾ ਜੀ ਹਰ ਟਰੱਕ ਤੇ 6,000 ਰੁਪਏ ਗੁੰਡਾ ਟੈਕਸ ਲਿਆ ਜਾਂਦਾ ਦੱਸੋ ਤੇ ਹਰ ਰੋਜ਼ 60 ਕਰੋੜ ਗੁੰਡਾ ਟੈਕਸ ਇਕੱਠਾ ਕੀਤਾ ਜਾਂਦਾ ਤੇ ਮਹੀਨੇ ਦਾ 1,800 ਕਰੋੜ ਬਣਦਾ ਤੇ ਸਾਲ ਦਾ 21,600 ਕਰੋੜ ਬਣਦਾ ਇਹ ਆ ਕੇਜਰੀਵਾਲ ਸਾਹਿਬ ਦੀ ਜਿਹੜੀ ਆ ਲੇਖਾ ਜੋਖਾ ਜੀ ਉਹ ਕਹਿੰਦਾ ਇੱਕ ਬਜਰੀ ਦੇ ਟਰੱਕ ਪਿੱਛੇ 3 ਟਰੱਕ ਰੇਤੇ ਦੇ ਨਿਕਲਦੇ ਨੇ ਇੱਕ ਦਿਨ ਵਿੱਚ 3,00,000 ਟਰੱਕ ਰੇਤੇ ਦੇ ਨਿਕਲ ਦਿੰਦੇ ਤੇ 1 ਟਰੱਕ ਪਿੱਛੇ ਗੁੰਡਾ ਟੈਕਸ 4,000 ਰੁਪਏ ਜਾਂਦਾ ਵਾ ਹਰ ਰੋਜ 120 ਕਰੋੜ ਰੁਪਏ ਗੁੰਡਾ ਟੈਕਸ ਜਾਂਦਾ 3,00,000 ਟਰੱਕ ਦਾ ਕਿੱਥੋਂ ਨਿਕਲਦਾ ਹੋਣਾ 3,00,000 ਟਰੱਕ ਦਾ ਆਲੇ ਦੁਆਲੇ ਨਹੀਂ ਹੋਣਾ ਪਤਾ ਨਹੀਂ ਕਿਹੜੀਆਂ ਗਿਣਤੀਆਂ 'ਚ ਤੁਰੇ ਫਿਰਦੇ ਆ ਚਲੋ ਜੋ ਵੀ ਮੈਂ ਤੁਹਾਨੂੰ ਦੱਸਣ ਜਾਂਦਾ ਉਹਦੀ ਹਰ ਮਹੀਨੇ 3,600 ਕਰੋੜ ਗੁੰਡਾ ਟੈਕਸ ਹੁੰਦਾ ਤੇ ਸਾਲ ਦਾ 43,200 ਕਰੋੜ ਬਣਦਾ ਵਾਹ ਕੀ ਬਾਤ ਆ ਫਿਰ ਤਾਂ ਪੰਜਾਬ ਦੇ ਬਜਟ ਦੇ ਬਰਾਬਰ ਲਾਤਾ ਕੰਮ ਸ਼ਰਾਬ ਦੀ ਗੱਲ ਕੀਤੀ ਉਹਨਾਂ ਉਹਨੇ ਪੰਜਾਬ ਸਰਕਾਰ ਦੇ ਠੇਕਿਆਂ ਨੂੰ 5,000 ਕਰੋੜ ਰੁਪਇਆ ਸਲਾਨਾ ਹੁੰਦਾ ਜੇ ਤਾਮਿਲਨਾਡੂ ਜਾਂ ਸਰਕਾਰ ਉਹ 35,000 ਕਰੋੜ ਸਲਾਨਾ ਕਮਾ ਸਕਦੀ ਉਹਨਾਂ ਨੂੰ ਆ ਸਕਦਾ ਫਿਰ ਸਾਨੂੰ ਕੋਈ ਨਹੀਂ ਆ ਸਕਦਾ ਉਹ ਕਹਿੰਦੇ ਸੀ ਇਹਨਾਂ ਉਦੋਂ ਕਿਹਾ ਸੀ ਸਰਕਾਰੀ ਕਾਰਪੋਰੇਸ਼ਨ ਬਣਾਵਾਂਗੇ ਜੀ ਉਹਦੇ ਵਿੱਚ 4,000 ਨੌਜਵਾਨ ਨੂੰ ਰੁਜ਼ਗਾਰ ਮਿਲੂਗਾ ਤੇ 2,500 ਕਰੋੜ ਦੇ ਟੈਕਸ ਰੂਪ ਸਾਨੂੰ ਮਿਲੇਗਾ ਟਰਾਂਸਪੋਰਟ ਦੀ ਵੀ ਗੱਲ ਕੀਤੀ ਸੀ ਉਹਨਾਂ ਵੀ ਪ੍ਰਾਈਵੇਟ ਦੀ ਬਜਾਏ ਸਰਕਾਰੀ ਟਰਾਂਸਪੋਰਟ ਚਲਾਵਾਂਗੇ ਰੁਜ਼ਗਾਰ ਵੀ ਦੇਵਾਂਗੇ ਤੇ 10,000 ਕਰੋੜ ਤੋਂ ਵੱਧ ਤੋਂ ਸਾਨੂੰ ਉੱਥੇ ਆਮਦਨ ਹੋਊਗੀ ਇਹ ਮਿਲਾ ਕੇ 99,800 ਕਰੋੜ ਬਣਦੇ ਆ ਅੱਜ ਇਹ ਕਿੱਥੇ ਇਹਨਾਂ ਦੀ ਬ੍ਰੇਕ ਕਿੱਥੇ ਗਈ ਹੈ ਅੱਜ ਕਿੱਥੇ ਗਏ ਨੇ ਇਸ ਕਰਕੇ ਉਹਨਾਂ ਨੇ ਇਹੀ ਗੱਲ ਕਹੀ ਆ ਵੀ ਮਾਈਨਿੰਗ ਚ ਕਪਲੇ ਹੋ ਰਹੇ ਨੇ ਤੁਹਾਨੂੰ ਪਤਾ ਨਾ ਜਿਹੜੇ ਹਰਜੋਤ ਬੈਂਸ ਸੀ ਉਹਨੂੰ ਗੱਲ ਨੀ ਸੀ ਹੁੰਦੀ ਸੀ ਮਾਈਨਿੰਗ ਦੇ ਉੱਤੇ ਅੱਛਾ ਕਰ ਰਹੇ ਜੀ ਕੁਰ ਰਹੇ ਜੀ ਆ ਕਰਤਾ ਜੀ ਜੇ ਕਰਤਾ ਜੀ ਉਹਦੇ ਇਲਾਕੇ ਚ ਮਾਈਨਿੰਗ ਹੁੰਦੀ ਸੀ ਨੇਰੇ ਸੇ ਖੁੱਲੇ ਛਰਿਆ ਮਤਲਬ ਇੰਨੇ ਹੁੰਦੀ ਸੀ ਕੁਛ ਪਿੰਡਾਂ ਦੀਆਂ ਸੜਕਾਂ ਪਾਟ ਗਈਆਂ ਸੀ ਪਾਟ ਗਈਆਂ ਉਹ ਸੜਕਾਂ ਪਾਟਣ ਲੋਕਾਂ ਦੀ ਨਾਲ ਦੀਆਂ ਕੰਧਾਂ ਪਾਟ ਗਈਆਂ ਸੀ
ਇੰਨੀ ਹਾਲਤ ਮਾੜੀ ਸੀਗੀ ਮੁੜ ਕੇ ਇਸੇ ਕਰਕੇ ਮਹੀਨੇ ਦਾ ਮਹਿਕਮਾ ਚ ਘੁਖਿਆ ਤੇ ਲੇਕਿਨ ਅੱਜ ਵੀ ਹੁੰਦੀ ਆਪਾਂ ਅੱਗੇ ਵੀ ਗੱਲ ਕੀਤੀ ਸੀ ਕਿ ਹਾਈ ਕੋਰਟ ਨੇ ਬੀ ਐਸ ਐਫ ਤੇ ਆਰਮੀ ਦੀ ਜਿਹੜੀ ਰਿਕੁਐਸਟ ਦੇ ਉੱਤੇ ਜਾਂ ਸੀ ਇਹ ਬੈਨ ਕਰਤਾ ਸੀ ਵੀ ਤੁਸੀਂ ਮਾਈਨਿੰਗ ਜਿਹੜੀ ਉਹ ਲੀਗਲ ਮਾਈਨਿੰਗ ਬੰਦ ਕਰ ਜੀ ਲੇਕਿਨ ਇਹ ਫਿਰ ਚੱਲਦੇ ਰਹੀ ਉੱਥੇ ਬੰਦ ਕੀ ਕੀਤੀ ਨੀ ਇਲੀਗਲ ਹੀ ਚੱਲਦੀਆਂ ਸਾਰੀਆਂ ਲੀਗਲ ਤਾਂ ਬੰਦ ਲੀਗਲ ਤਾਂ ਹਮੇਸ਼ਾ ਹੀ ਬੰਦ ਹੋ ਜਾਂਦੀ ਹੈ ਬਿਲਕੁਲ 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 ਇਸ ਕਰਕੇ ਉਹ ਚਾਰ ਪੰਜ ਮੁੱਦੇ ਲੈ ਕੇ ਗਏ ਨੇ ਉਹਨਾਂ ਨੇ ਇਹ ਵੀ ਗੱਲ ਕਹੀ ਵੀ ਇਹ ਜਿਹੜਾ ਕੇਜਰੀਵਾਲ ਹੈਗਾ ਵਾ ਮੁੱਖ ਮੰਤਰੀ ਇਹ ਮਾਨਸਿਕ ਤੌਰ ਤੇ ਬਿਮਾਰ ਹੈ ਜੀ ਅਸੀਂ ਗਵਰਨਰ ਸਾਹਿਬ ਨੂੰ ਕਿਹਾ ਵੀ ਪੰਜਾਬ ਚ ਕੋਈ ਹੋਸਪਿਟਲ ਹੈ ਜੋ ਹੈ ਨੀ ਦਿੱਲੀ ਦੇ ਪੁੱਲ ਵਰਗੇ ਵੱਡੇ ਹਸਪਤਾਲ ਚੈੱਕ ਕਰਾਓ ਥੋੜਾ ਬੜਾ ਦਾ ਤਵਾਜਨ ਠੀਕ ਹੋ ਜੇ ਮੈਂ ਇਹਨੂੰ ਬੋਲਣ ਦੀ ਜਾਂਚ ਇਹਨੂੰ ਗੱਲ ਕਰਨ ਦੀ ਜਾਂਚ ਪਰ ਅਫਸੋਸ ਸਭ ਤੋਂ ਇਹ ਗੱਲ ਮੈਂ ਕੱਲ ਸਾਰੀ ਵੀਡੀਓ ਵੇਖੀ ਇੱਕ ਵੀ ਮੰਤਰੀ ਤੇ ਇੱਕ ਵੀ ਐਮ ਐਲ ਏ ਮੁੱਖ ਮੰਤਰੀ ਦੇ ਹੱਕ ਚ ਨੀ ਬੋਲਿਆ ਅੱਛਾ ਜੇ ਨਹੀਂ ਬੋਲਿਆ ਤੇ ਫਿਰ ਕਿਉਂ ਨੀ ਬੋਲਿਆ ਪਹਿਲੀ ਗੱਲ ਤੇ ਉਹਦਾ ਜਵਾਬ ਜਿਹੜਾ ਸੀ ਇਹਦੇ ਕਿਸੇ ਮੰਤਰੀ ਨੂੰ ਸੀਨੀਅਰ ਮੰਤਰੀ ਨੂੰ ਦੇਣਾ ਚਾਹੀਦਾ ਕੋਈ ਨੀ ਬੋਲਿਆ ਇਹ ਦੋਵੇਂ ਆਪਸ ਵਿੱਚ ਭਿੜਦੇ ਰਹੇ ਜੀ ਦੱਸੋ ਐਂਡ ਕੈਮਰਾ ਮੁੱਖ ਮੰਤਰੀ ਤੇ ਰਿਹਾ ਜੀ 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 ਇਸ ਕਰਕੇ ਜਿਹੜਾ ਵਾ ਇਹ ਮਾੜੀ ਗੱਲ ਹੈ ਵਿਧਾਨ ਸਭਾ ਦਾ ਇੱਕ ਮੰਚ ਹੈ ਬੜਾ ਵਧੀਆ ਮੰਚ ਹੈ ਅਸਲੀ ਮੰਦਰ ਆ ਜਿੱਥੇ ਤੁਹਾਨੂੰ ਸੂਬੇ ਦਾ ਵਿਕਾਸ ਹੋਣਾ ਵਾ ਸੂਬੇ ਦੀ ਗੱਲ ਹੋਣੀ ਜੀ ਤੇ ਪੱਟੀ ਸਾਹਿਬ ਉੱਧਰ ਸਿੱਧੂ ਮੂਸੇਵਾਲੇ ਦੇ ਪਿਓ ਨੂੰ ਮਾਰਨ ਦੀ ਧਮਕੀ ਆ ਗਈ ਤੇ ਦੋਹਾਂ ਨੇ ਮਾਂ ਬਾਪ ਨੇ ਮਿਲ ਕੇ ਕਹਿੰਦੇ ਇੱਕ ਆਪਣੇ ਮੁੱਖ ਮੰਤਰੀ ਸਾਹਿਬ ਦੇ ਕਰੀਬੀ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਧਰਨਾ ਲਾ ਦਿੱਤਾ ਐਕਚੁਅਲੀ ਬੇਸਿਕਲੀ ਜਿਹੜੇ ਇਹਨਾਂ ਦੀ ਮਾਰਨ ਦੀ ਧਮਕੀ ਆਈ ਜੀ ਉਹ ਰਾਜਸਥਾਨ ਤੋਂ ਸਿਰਫ 14 ਸਾਲ ਦਾ ਮੁੰਡਾ ਤੇ 10ਵੀਂ ਕਲਾਸ ਪੜ੍ਹਦਾ ਅੱਛਾ ਦੱਸ ਉਹਨੇ ਬਕਾਇਦਾ ਤੌਰ ਤੇ ਇਹਨਾਂ ਨੂੰ ਇੱਕ ਵਾਰੀ ਨੀ ਤਿੰਨ ਵਾਰੀ ਈਮੇਲ ਰਾਹੀਂ ਧਮਕੀ ਦਿੱਤੀ ਮਾਰਨ ਅੱਛਾ ਵੀ ਤੁਹਾਨੂੰ 25 ਅਪ੍ਰੈਲ ਤੋਂ ਪਹਿਲਾਂ ਖਤਮ ਕਰ ਦਿੱਤਾ ਜਾਵੇਗਾ ਉਹਨੂੰ ਈਮੇਲ ਕਿੱਥੋਂ ਪਤਾ ਲੱਗ ਗਈ ਕਿੱਥੋਂ ਪਤਾ ਲੱਗ ਜਾਂਦਾ ਬੰਦਾ ਹੁਣ ਉਹਨਾਂ ਨੇ ਕਰ ਦਿੱਤੀ ਤੇ ਇਹਨਾਂ ਨੇ ਪੁਲਿਸ ਨੂੰ ਕਿਹਾ ਪੁਲਿਸ ਨੇ ਕਾਰਵਾਈ ਕੀਤੀ ਹੈ ਕਾਰਵਾਈ ਨਹੀਂ ਕਰਦੀ ਫਿਰ ਰੌਲਾ ਪਾਇਆ ਅਖਬਾਰਾਂ 'ਚ ਉਹਨਾਂ ਨੇ ਬਕਾਇਦਾ ਤੌਰ ਤੇ ਵੀ ਸਾਨੂੰ ਮਾਰਨ ਦੀਆਂ ਧਮਕੀਆਂ ਆ ਰਹੀਆਂ ਕਾਰਵਾਈ ਕਿਉਂ ਨਹੀਂ ਕਰਦੇ ਹੋ 18 ਫਰਵਰੀ ਦੀ ਗੱਲ 25 ਫਰਵਰੀ ਦੀ ਗੱਲ 27 ਫਰਵਰੀ ਦੀ ਗੱਲ ਧਮਕਿਆ ਉਹਨਾਂ ਨੂੰ ਹੁਣ ਇਹਨਾਂ ਨੇ ਕੀ ਕੀਤਾ ਉਹ ਬੰਦਾ ਜਿਹੜਾ ਮੁੰਡਾ ਵਾ ਜਾ ਕੇ ਰਾਜਸਥਾਨ ਤੋਂ ਪੜ੍ਹ ਲਿਆ 14 ਸਾਲ ਦੀ ਉਮਰ ਸਾਰੀ ਕਿੰਨੀ ਦੱਸੋ ਡਾਕਟਰ ਨਾਨਕ ਸਿੰਘ ਤੁਹਾਡੇ ਜਿਹੜੇ ਬਠਿੰਡੇ ਵਾਲੇ ਉਹਨਾਂ ਬਕਾਇਦਾ ਪ੍ਰੈਸ ਕਰਕੇ ਇਹ ਦੱਸੀ ਮਾਨਸਾ ਵਾਲੇ ਉਹਨਾਂ ਗ੍ਰਿਫਤਾਰ ਕਰ ਲਈ ਹੈ ਗ੍ਰਿਫਤਾਰ ਕਰਕੇ ਤੂੰ ਅਸੀਂ ਪੁੱਛ ਪੜਤਾਲ ਕਰ ਰਹੇ ਸੀ ਤੈਨੂੰ ਕਿਹਨੇ ਕਿਹਾ ਕੀ ਆ ਤੂੰ ਵੀ ਕਿਤੇ ਗੁਰਦੱਤ ਨੀ ਹੈਗਾ ਤੁਹਾਨੂੰ ਪਤਾ ਹੋਏਗਾ ਅੰਕਰ ਸੇਸਾ ਨੇ ਪਹਿਲੀ ਗੋਲੀ ਸਿੱਧੂ ਮੂਸੇਵਾਲ ਨੂੰ ਮਾਰੀ ਸੀ ਅੱਛਾ ਤੇ ਅੰਕਰ ਸੇਸਾ ਦੀ ਉਮਰ ਚ ਨੀ ਸਿਰਫ 19 ਸਾਲ ਬਹੁਤ ਛੋਟੀ ਉਮਰ ਦੇ ਵਿੱਚ ਉਹ ਗੈਂਗਸਟ ਬਣ ਗਿਆ ਤੇ ਜੋ ਬਹੁਤ ਛੋਟੀ ਉਮਰ ਦੇ ਜੇਲ੍ਹ ਚਲੇ ਗਿਆ ਤੇ ਜਿਹੜੀ ਆਹ ਘਟਨਾ ਕੀਤੀ ਦੋ ਮੁੰਡੇ ਮਾਰੇ ਮਨਮੋਹਨ ਮੋਹਣਾ ਤੇ ਮਨਦੀਪ ਮਨਾ ਤੂਫਾਨ ਜਿਹੜਾ ਮਾਰਿਆ ਇਸੇ ਦੀ ਕਾਰਗੁਜ਼ਾਰੀ ਅੱਛਾ ਜੀ ਇਸੇ ਨੂੰ ਹੁਕਮ ਹੋਇਆ ਵੀ ਆ ਬੰਦੇ ਖਤਮ ਕਰਨੇ ਆ ਇਹਨਾਂ ਨੇ ਮੁਖਬਰੀ ਕੀਤੀ ਕਹਿੰਦੇ ਜਗਰੂਪ ਰੂਪੇ ਦੀ ਤੇ ਜਿਹੜਾ ਮੰਨਾ ਕੁੱਤਾ ਸੀ ਮਾਰੇ ਗਏ ਜਦੋਂ ਮੁਕਾਬਲੇ ਦੇ ਕਹਿੰਦੇ ਪੁਲਿਸ ਕੋਲ ਮੁਖਬਰੀ ਇਹਨਾਂ ਨੇ ਕੀਤੀ ਸੀ ਵੀ ਪਤਾ ਨੀ ਜੇ ਕਹੇ ਜੇ ਬੰਦੇ ਫੜ ਲਓ ਜਾ ਇਸ ਕਰਕੇ ਮਾਰਿਆ ਗਿਆ ਇਹਨਾਂ ਨੂੰ ਉਹਦੇ ਜੱਗੂ ਗੋਲਡੀ ਨੇ ਜ਼ਿੰਮੇਵਾਰੀ ਲਈ ਸੀ ਬਾਹਰੋਂ ਜੀ ਤੇ ਜੱਗੂ ਦੀ ਇੱਕ ਮੇਲ ਜਿਹੜੀ ਸੀ ਸੋਸ਼ਲ ਸਾਈਡ ਉਦੋਂ ਤੇ ਕਿਹਾ ਗਿਆ ਸੀ ਜਲਦੀ ਬਦਲਾ ਲਵਾਂਗੇ ਕਿੱਥੇ ਇਹ ਇਕੱਠੇ ਸੀਗੇ ਜਦੋਂ ਇਹ ਸੇਸਾ ਜਾ ਕੇ ਗੋਲੀ ਮਾਰਦਾ ਉਹਨੂੰ ਜੀ ਇਹ ਪਹਿਲਾ ਅਟੈਂਪਟ ਸੀ ਦੂਜੇ ਅਟੈਂਪਟ ਦੇ ਵਿੱਚ ਇਹ ਜਿਹੜਾ ਮਨਦੀਪ ਤੂਫਾਨ ਤੇ ਜਿਹੜਾ ਹੈਗਾ ਮਨਮੋਹਨ ਮੋਹਣਾ ਇਹਨਾਂ ਦਾ ਸੀਗਾ ਇਹਨਾਂ ਨੂੰ ਸਟੈਂਡ ਵੀ ਰੱਖਿਆ ਸੀਗਾ ਵੀ ਜੇ ਕਿਤੇ ਬੰਦਾ ਉੱਥੋਂ ਬਣ ਜਾਏ ਤਾਂ ਦੂਜਾ ਅਟੈਂਪਟ ਤੁਸੀਂ ਕਰਨਾ ਜੀ ਉਦੋਂ ਇਕੱਠੇ ਸੀ ਹੁਣ ਆਪਸ ਮੇਂ ਖਿਲਰ ਗਏ ਦੋ ਉਹ ਮਰ ਗਏ ਦੋਵੇਂ ਮਰ ਗਏ ਤੁਹਾਨੂੰ ਵੇਖੋ ਜਿਹੜੀ ਉਹਨੇ ਧਮਕੀ ਦਿੱਤੀ ਜੱਗੂ ਗਰੁੱਪ ਨੇ ਅਸੀਂ ਕਈ ਪੜਿਆ ਵਿਚਾਰ ਲਓ ਆਪਣਾ ਤੁਸੀਂ ਹੁਣ ਸਾਡੇ ਬੰਦੇ ਬਾਰੇ ਦੱਸੀ ਪਿੱਛੋਂ ਕੁਛ ਕਰਾਂਗੇ ਜ਼ਰੂਰ ਜੀ ਹੁਣ ਉਹਨਾਂ ਦੇ ਫਾਦਰ ਤੇ ਮਾਂ ਪਿਓ ਉਹ ਅੱਜ ਸਵੇਰੇ ਗਏ ਪ੍ਰਤਾਪ ਸਿੰਘ ਬਾਜਵੇ ਦੇ ਘਰ ਜੀ ਉਹਨੂੰ ਜਾ ਕੇ ਕਹਿੰਦੇ ਵੀ ਸਾਡੇ ਜਿਹੜੇ ਅਸਲੀ ਦੋਸ਼ੀ ਨੇ ਅਸੀਂ ਨਾਂ ਵੀ ਦੱਸੇ ਲਿਖ ਕੇ ਦਿੱਤੇ ਇਹਨਾਂ ਨੂੰ ਵਿਆਹ ਹੈਗੇ ਕਿਉਂ ਨੀ ਫੜੇ ਜਾਂਦੇ ਹੋ ਜਿਹੜੇ ਫੜੇ ਗਏ 35-36 ਤੇ ਕੁਰ ਗਏ ਨੇ ਸਾਰੇ ਇਹਨਾਂ ਦੇ ਜੀ ਅਸਲੀ ਬੰਦੇ ਤੇ ਬਾਹਰ ਨੇ ਭਾਈ ਬਲਕੌਰ ਸਿੰਘ ਹੋਰੀ ਕਈ ਵਾਰੀ ਆਪਣੀ ਸਪੀਚ ਚ ਵੀ ਕਹਿ ਚੁੱਕੇ ਆ ਪ੍ਰੈਸ ਕਾਨਫਰੰਸ ਵੀ ਕਹਿ ਚੁੱਕੇ ਵੀ ਮੇਰੇ ਪੁੱਤ ਦੇ ਕਾਤਲ ਪੁਲਿਸ ਅਫਸਰ ਤੇ ਸਿਆਸੀ ਆਗੂ ਨੇ ਜੀ ਬਲਤੇਜ ਪੰਨੂ ਜਿਹੜਾ ਟਵੀਟ ਕੀਤਾ ਸੀ ਉਹ ਟਵੀਟ ਦੀ ਨਾਲ ਤਖਤੀ ਬਣਾ ਕੇ ਨਾਲ ਲੈ ਕੇ ਗਏ ਸੀ
ਜਿਹਦੇ ਵਿੱਚ ਬਲਤੇਜ ਪੰਨੂ ਨੇ ਲਿਖਿਆ ਵੀ ਫਲਾਣੇ ਫਲਾਣੇ ਬੰਦੇ ਦੀ ਸਿਕਿਉਰਿਟੀ ਵਾਪਸ ਲੱਗੀ ਹੈ, ਇਹਦੀ ਘਟਾਈ ਗਈ ਆ, ਸਿੱਧੂ ਮੂਸੇਵਾਲੇ ਦੀ ਘਟਾਈ ਗਈ। ਉਹ ਕਹਿੰਦੇ ਵੀ ਇਹ ਬੰਦੇ ਨੇ ਜੇ ਟਵੀਟ ਨਾ ਕਰਦਾ ਸ਼ਾਇਦ ਸਾਡੇ ਪੁੱਤ ਦਾ ਕਤਲ ਨਾ ਹੁੰਦਾ। ਦੂਸਰੀ ਚੀਜ਼ ਕੀ ਕਹਿੰਦੇ ਹੋ ਵੀ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਵਾ ਤੇ ਮੁੜ ਕੇ ਇੰਨੀ ਜੇਟਲੀ ਟਵੀਟ ਇਹੀ ਸਭ ਤੋਂ ਪਹਿਲਾਂ ਬਲਦੇਵ ਪੰਨੂ ਕਰਦਾ, ਇਹਦਾ ਮਤਲਬ ਕਿਤੇ ਨਾ ਕਿਤੇ ਕਹਾਣੀ ਕੋਈ ਰਲੀ ਹੈ। ਜੀ ਉਹਨਾਂ ਨਾਂ ਨੀ ਲਿਆ, ਲੇਕਿਨ ਉਹ ਤਖ਼ਤੀ ਜਿਹੜੀ ਫੜੀ ਸੀ ਉਹ ਕਹਿੰਦੀ ਸੀ ਵੀ ਤੁਸੀਂ ਇਹਨੂੰ ਗ੍ਰਿਫ਼ਤਾਰ ਕਰੋ। ਹੁਣ ਮੁੜ ਕੇ ਜਦੋਂ ਇਹਨੇ ਆ ਕੇ ਧਰਨਾ ਦੇ ਦਿੱਤਾ ਬਾਹਰ, ਉੱਥੇ ਨਾਲ ਤੇ ਪ੍ਰਤਾਪ ਬਾਜਵਾ ਵੀ ਬੈਠੇ, ਉਹਨਾਂ ਨੇ ਕਿਹਾ ਠੀਕ ਹੈ। ਮੁੜ ਕੇ ਜਦੋਂ ਸੈਸ਼ਨ ਸ਼ੁਰੂ ਹੋ ਗਿਆ ਉਹ ਪ੍ਰਤਾਪ ਬਾਜਵਾ ਅੰਦਰ ਚਲੇ ਗਏ, ਇਹ ਸਾਰੇ ਬੈਠੇ ਸੀ, ਤੱਕੀਆਂ ਫੜ ਕੇ ਉੱਥੇ ਇਹਨਾਂ ਨਾਅਰੇ ਵੀ ਲਾਏ ਸਰਕਾਰ ਦੇ ਖਿਲਾਫ਼। ਜੀ ਫਿਰ ਦੇਵ ਫਿਰ ਕੁਲਦੀਪ ਧਾਲੀਵਾਲ ਬਾਹਰ ਆਏ। ਅੱਛਾ ਜੀ। ਮੁੱਖ ਮੰਤਰੀ ਸਾਹਿਬ ਆ ਜਾਂਦੇ, 50 ਮੀਟਰ ਤੇ ਬੈਠੇ ਸੀ, ਕੰਮ ਮੁੱਕ ਜਾਂਦਾ ਉੱਥੇ। ਕੁਲਦੀਪ ਧਾਲੀਵਾਲ ਜੀ ਨੇ ਕਿਹਾ ਜੀ ਵੇਖੋ ਇੰਨੇ ਬੰਦੇ ਅਸੀਂ ਫੜ ਲਿਆ, ਆਹ ਕਰ ਲਿਆ, ਤੁਸੀਂ 20 ਮਾਰਚ ਤੋਂ ਬਾਅਦ ਤੁਹਾਨੂੰ ਅਸੀਂ ਜਿਹੜੇ ਵਾ ਉਹ ਮੁੱਖ ਮੰਤਰੀ ਤੁਹਾਡੀ ਮੀਟਿੰਗ ਕਰਾ ਦੇ। ਅੱਛਾ, ਨੇੜੇ ਬੈਠਿਆਂ ਦੀ ਨਹੀਂ ਕਰਵਾ ਸਕਦੇ ਸੀ? ਨਹੀਂ, ਫਿਰ ਉਹਨਾਂ ਨੇ ਆਪਣਾ ਧਰਨਾ ਖਤਮ ਕਰਤਾ, ਕੋਈ ਗੱਲ ਸਾਡੀ ਮੀਟਿੰਗ ਕਰਾ ਦਿਓ, ਅਸੀਂ ਆਪਣੀ ਜਿਹੜਾ ਫਿਰ ਰੋਣਾ ਰੋਲੀ ਇੱਕ ਕਰੀ। ਉਦੋਂ ਮਾਤਾ ਚਰਨ ਕੌਰ ਨੂੰ ਪੁੱਛਿਆ ਵੀ ਤੁਹਾਨੂੰ ਉਦੋਂ ਮੁੱਖ ਕੀ ਕਿਹਾ ਸੀ ਮੁੱਖ ਮੰਤਰੀ ਨੇ? ਇਹਨਾਂ ਕਿਹਾ ਜੀ ਤੁਹਾਨੂੰ ਚਿੰਤਾ ਨਾ ਕਰੋ, ਸਾਰੇ ਬੰਦੇ ਫੜ ਕੇ ਅੰਦਰ ਤੋਂ ਜਾਣ। ਜੀ ਕਹਿੰਦੇ ਜੀ ਤੁਸੀਂ ਮਿਤ ਸ਼ਾਹ ਨੂੰ ਮਿਲੇ ਸੀ, ਉਹਨੇ ਕੀ ਕਿਹਾ? ਉਹਨਾਂ ਤਾਂ ਬੋਲੇ ਹੀ ਨੀ, ਮਿਤ ਸ਼ਾਹ ਤਾਂ ਬੋਲਿਆ ਹੀ ਨੀ ਉਸ ਟਿਸ਼ੂ ਦੇ ਉੱਤੇ। ਜੀ ਅਸੀਂ ਆਪਣਾ ਮੰਗ ਪੱਤਰ ਦੇ ਕੇ ਆਪਣੀ ਗੱਲ ਕਰਕੇ, ਉਹਨੇ ਕੋਈ ਨਾ ਹਾਂ ਨਾ ਹੂ ਗੱਲ ਹੀ ਨੀ ਕੀਤੀ ਕੋਈ। ਇਸ ਕਰਕੇ ਅਸੀਂ ਸਟੇਟ ਗੌਰਮੈਂਟ ਕੋਲ ਇਨਸਾਫ਼ ਮੰਗਦੇ ਹਾਂ, ਜਿਹੜੇ ਅਸਲੀ ਬੰਦੇ ਜਿਹੜੇ ਆ ਇਹ ਗੁਰਗੇ ਨੇ, ਜਿਹੜੇ ਅਸਲੀ ਕਾਤਲ ਨੇ ਉਹ ਬਾਹਰ ਬੈਠੇ, ਉਹਨਾਂ ਦੀ ਗ੍ਰਿਫ਼ਤਾਰੀ ਹੋਵੇ, ਉਹਨੂੰ ਅੰਦਰ ਦਿਓ, ਪਤਾ ਲੱਗੇ ਸਾਨੂੰ ਇਨਸਾਫ਼ ਮਿਲ ਰਿਹਾ। ਸੋ ਪੱਟੀ ਸਾਹਿਬ ਕੁਛ ਵਪਾਰਕ ਸੁਨੇਹ ਦੇ ਲਈ ਫਿਰ ਆਪਾਂ ਦਿਓ ਦਿਓ ਜੀ। ਬੇਸ਼ੁਮਾਰ ਤੇ ਲੇਟੈਸਟ ਵੈਰਾਇਟੀ ਇਹਨਾਂ ਦੇ ਸ਼ੋਰੂਮ ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਇਹ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੈਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਏਸੀ ਜੂਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ, ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰੇਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੀਨਿਊ ਸਾਊਥ ਈਸਟ ਕੈਂਟ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 360-652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੋਸਟ ਹਿੱਲ ਟਰੈਵਲ ਸੈਂਟਰ, 14814 ਐਲੋਮ ਸਟਰੀਟ, ਲੋਸਟ ਹਿਲਸ। ਫੋਨ ਨੰਬਰ 661-797-2354। ਵਿਦੇਸ਼ਾਂ ਚ ਵਸਣ ਵਾਲੇ ਪੰਜਾਬੀਆਂ ਦੇ ਲਈ ਸੁਨਹਿਰੀ ਮੌਕਾ ਲੈ ਕੇ ਆਈ ਆ ਪੰਜਾਬ ਦੀ ਬਹੁਤ ਹੀ ਵੱਡੀ ਰੀਅਲ ਅਸਟੇਟ ਕੰਪਨੀ DH ਰੀਅਲ ਅਸਟੇਟ। ਬਹੁਤ ਹੀ ਨਾਮਵਰ ਕੰਪਨੀ ਤੁਹਾਨੂੰ ਮੌਕਾ ਪ੍ਰਦਾਨ ਕਰਦੀ ਹੈ ਕਿ ਬਿਨਾਂ ਪੰਜਾਬ ਗਏ ਤੁਸੀਂ ਹੁਣ ਆਪਣੀ ਜ਼ਮੀਨ ਵੇਚ ਸਕੋਗੇ ਜਾਂ ਫਿਰ ਆਪਣੀ ਪਸੰਦੀ ਦੀ ਜ਼ਮੀਨ ਖਰੀਦ ਸਕੋਗੇ। ਕਿਸੇ ਵੀ ਤਰ੍ਹਾਂ ਦੀ ਕੋਠੀ, ਫਲੈਟ, ਪਲਾਟ ਜਾਂ ਫਿਰ ਕਮਰਸ਼ੀਅਲ ਜਾਂ ਐਗਰੀਕਲਚਰ ਲੈਂਡ ਲੈਣੀ ਹੋਵੇ ਤਾਂ DH ਰੀਅਲ ਅਸਟੇਟ ਨਾਲ ਸੰਪਰਕ ਕਰੋ। ਤੁਹਾਨੂੰ ਪੰਜਾਬ ਜਾਣ ਦੀ ਲੋੜ ਨਹੀਂ, ਸੌਦਾ ਬੈਠੇ ਬਿਠਾਏ ਇੱਥੇ ਹੀ ਕਰਾ ਕੇ ਤੇ ਇੱਥੇ ਹੀ ਪੈਸੇ ਪਹੁੰਚਦੇ ਕਰ ਦਿੰਦੇ ਨੇ। ਨੰਬਰ ਹੈ DH ਰੀਅਲ ਅਸਟੇਟ ਦਾ 9875705758 ਪਲੱਸ 91 ਇੰਡੀਆ ਦਾ ਕੋਡ ਲਾਉਣਾ, ਵਟਸਐਪ ਤੇ ਜਾਂ ਫਿਰ ਡਾਇਰੈਕਟ ਕਾਲ ਕਰ ਲੈਣੀ ਹੈ 9875705758। DH ਰੀਅਲ ਅਸਟੇਟ, ਇਹਨਾਂ ਦਾ ਸਲੋਗਨ ਹੈ ਪੰਜਾਬ ਵਿੱਚ ਬੇਫਿਕਰੇ ਹੋ ਕੇ ਹੁਣ ਖਰੀਦੋ ਜ਼ਮੀਨ, ਪਲਾਟ, ਕੋਠੀ ਜਾਂ ਫਿਰ ਫਲੈਟ। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care. ਸਟੇਟ ਲਾਈਨ ਟਰੱਕ ਐਂਡ ਟ੍ਰੇਲਰ ਵਰਜੀਨੀਆ ਸਟੇਟ ਲਾਈਨ ਤੇ ਲੈ ਕੇ ਆਏ ਨੇ
ट्रक एंड ट्रेलर रिपेयर शॉप इंटरस्टेट 81 दे एग्जिट 323 ऑपोजिट फ्लाइंग जे ट्रक शॉप जिथे ट्रकों की हर तरह की तसली बख्श मुरम्मत की जाती है। इस दे नाल ही पार्किंग ते ऑफिस स्पेस भी है उपलब्ध। पूरी रात हफ्तावार जां महीनावार पार्किंग अते ट्रक रिपेयर लई जरूर आओ। वधेरे जानकारी लई संपर्क करो 6812600050। सो प्रोग्राम समाधान दे विच तुहाडा स्वागत है। पहला व्हाट्सएप कॉल अपने कॉल ले लिए 9164 ते फिर अगे चलांगे। सत श्री अकाल जी, तुसीं आउंदे हो। हैलो, हाँ जी, सत श्री अकाल जी। मैं सत श्री अकाल जी, सत श्री अकाल जी। मैं सर दुबई तो बोल रहा जरनैल सिंह। अज थोड़ा सॉफ्टवेयर नहीं आवाज आ रहा बिल्कुल। ओ सॉफ्टवेयर जी लगे हुए ना, एंड्रॉइड च प्रॉब्लम आ गई जी। एंड्रॉइड च प्रॉब्लम आई भी, एप्पल चल रहा जी। चलो कोई गल नी, मेहरबानी। अच्छा जी पट्टी साहब, हुण आपां गलबात नूं अगे लैके चलीए। तां विधानसभा की गल कर ली, आपां कांग्रेस वल्लों मंग की गल कर ली, सिद्धू मूसेवाले दे परिवार की गल कर ली, ते हुण आपां गल करिए तां अश्विनी कुमार गग्गी पंडित आ जिहड़ा, ये कौन है जिहनूं हिंदू तख्त का मुखी लाणिया गया? ते पटियाले तों जिहड़ा ना, उत्थे इक पंचानंद गिरी हुंदा सी। हिंदू तख्त बनाया पटियाले जिहदा ना हिंदू तख्त रखिया। हुण बोलो खालसे हो क्यों नहीं बोलदे जी? जे माड़ी जी गल तुसी होजे तुसी कहंदे इह तां साडा स्लोगन आ जी, तुसी क्यों कर लिया? तुसी नहीं, तख्त शब्द तां बहुत देर दा वरत रहे ने हिंदू तख्त दा, वरत रहे ठीक है ना जी। ते इहनां दा संसवाद उत्थे हाजर सीगा काली मंदिर दे विच जी। ते काली मंदिर दे विच संसवाद हाजर सी, होर वी सारी शख्सियतां हाजर सी जी। भाजपा आगू जिहड़ा गुरजीत सिंह कोहली वासी, समा वैद हाजर सी, राहुल मेहता हाजर सी, बहुत सारी वड्डी संगत, बड़ी वड्डी गिनती शामिल सीगी जी। ओहदे विच हुण जिहड़ा गग्गी पंडित आ, इहनूं बकायदा तौर ते पंचानंद गिरी दे थां ते जिहड़ा वा हिंदू तख्त दा मुखी थापता है जी। ओहदे विच कुछ आरिया चौक उत्थे गया पटियाले दे विच, कुछ लोग जिहड़े विरोध करदे सी उहनां चौक दे विच बंद भी कीता, ते उत्थे पंडित दे खिलाफ, गग्गी पंडित दे खिलाफ जिहड़े नारे मारे जी। लेकिन जदों उहदी ताजपोशी हो गई, उहने चुप करके अंदर जा के मंदिर च मत्था टेकिया, ते मुड़ के सिजे सिजे ना घटदा घटदा लोकी अपने घरां चल गए, ते गग्गी पंडित ने अपना तख्त सामने लिया जी। इस करके इस तख्त दे उत्तों भी कई प्रकार दे जिहड़े आ ਆਪਾਂ ਵਿਰੋਧੀ ਕਹਿ ਲੋ ਜਾਂ ਇੱਕ ਸੰਪਰਦਾ ਦੇ ਵਿਰੋਧੀ ਬਿਆਨ ਅਕਸਰ ਜਾਰੀ ਹੁੰਦੇ ਰਹਿੰਦੇ ਆ। ਜਦੋਂ ਕਾਲੀ ਮੰਦਿਰ ਦੇ ਉੱਤੇ ਖਾਲਸਾ ਦੇ ਨਾਰੇ ਲਿਖੇ ਗਏ ਸੀ, ਉਦੋਂ ਵੀ ਇਹ ਤਖ਼ਤ ਕਾਫ਼ੀ ਸਰਗਰਮ ਸੀ ਜੀ। ਔਰ ਇਹਨਾਂ ਨੇ ਮੰਗ ਵੀ ਕੀਤੀ ਸੀ ਨਾ ਖਾਲਸਾਨੀਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਪਰ ਇੱਕ ਅਫਸੋਸ ਹੁੰਦਾ, ਮੈਂ ਇੱਕ ਸੁਣ ਰਿਹਾ ਸੀ ਸਾਡੇ ਆਈਐਸ ਜਿਹੜੇ ਹੈਗੇ ਨਾ ਭੁੱਲ ਗਿਆ ਗੁਰਬਾਜ ਕੀ ਨਾ ਉਹਨਾਂ ਦਾ, ਉਹ ਕਿਤੇ ਗੱਲ ਕਰ ਰਹੇ ਸੀ ਜੀ। ਆਸਟ੍ਰੇਲੀਆ ਦੇ ਵਿੱਚ ਮੰਦਰ ਦੀਆਂ ਕੰਧਾਂ ਤੇ ਖਾਲਸਾ ਦੇ ਨਾਰੇ ਲਿਖੇ ਗਏ। ਜਦੋਂ ਨਾਰੇ ਲਿਖੇ ਗਏ ਤੇ ਸ਼ਿਕਾਇਤ ਹੋਈ, ਸ਼ਿਕਾਇਤ ਦੇ ਵਿੱਚ ਬੰਦੇ ਕਿਹੜੇ ਫੜੇ ਗਏ? ਗੁਜਰਾਤ ਦੇ ਬੰਦੇ ਫੜੇ ਗਏ ਸੀ ਖਾਲਸਾ ਨਾਰੇ ਲਿਖੇ। ਆਹੀ 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 ਗੱਲ ਨਾ, ਰੌਲਾ ਤਾਂ ਆਹੀ ਹੈ ਤੇ ਬਦਨਾਮ ਤੁਸੀਂ ਖਾਲਸਾ। ਇਹ ਇਹੀ ਗੱਲ ਪੰਜਾਬ ਦੇ ਵਿੱਚ ਹੁਣ ਪਿੱਛੇ ਜੇ ਤੁਹਾਨੂੰ ਯਾਦ ਹੋਣਾ, ਸਾਡੇ ਬਠਿੰਡੇ ਵੀ ਘੜਿਆ ਗਿਆ ਸੀ ਇੱਕ, ਉਹ ਵੀ ਗੱਲ ਇਹੀ ਚਰਚਾ ਆ ਰਹੀ ਹੈ ਕਿ ਉਹ ਸ਼ਿਵ ਸੈਨਾ ਵਾਲੇ ਨੂੰ ਇਸ ਕਰਕੇ ਕਹਿੰਦਾ ਵੀ ਤੂੰ ਆਪਾਂ ਸਿੱਖ ਫੈਡਰੇਸ਼ਨ ਜਿਹੜਾ ਸਿੱਖ ਫਾਰ ਜਸਟਿਸ ਦੇ ਪੋਸਟਰ ਲਾਉਣੇ ਆ ਪੰਜਾਬ ਬਠਿੰਡੇ ਜੀ ਜੀ ਜੀ। ਹੁਣ ਓਨਟਾਰੀਓ ਦੇ ਵਿੱਚ ਇੱਕ ਗੁਰਦੁਆਰੇ ਦੇ ਉੱਤੇ ਜਿਹੜੇ ਸੀ, ਉੱਥੇ ਵੀ ਮੰਦਿਰ ਦੇ ਵਿੱਚ ਜਿਹੜੇ ਨਾਰੇ ਲਿਖੇ ਗਏ। ਉੱਥੋਂ ਦੀ ਗੁਰਦੁਆਰਾ ਕਮੇਟੀ ਨੇ ਕਿਹਾ ਵੀ ਜਿਹੜਾ ਜੀ ਸਾਨੂੰ ਇਨਫੋਰਮੇਸ਼ਨ ਦੇਊਗਾ, ਅਸੀਂ ਬੰਦੇ ਨੰਗੇ ਕਰਨੇ, ਅਸੀਂ $10,000 ਇਨਾਮ ਦਿਆਂਗੇ। ਉਹਨਾਂ ਨਾਮ ਰੱਖ ਦਿੱਤਾ ਜੀ।
ਉਹ ਵੀ ਬੰਦੇ ਅੱਜ ਨੀ ਕਨਫਰਮ ਫੜੇ ਜਾਣਗੇ ਫੜੇ ਜਾਣਗੇ। ਆਸਟ੍ਰੇਲੀਆ ਤੋਂ ਇੱਕ ਆਪਣੀ ਪਤਨੀ ਦਾ ਕਤਲ ਕਰਕੇ ਇੰਡੀਆ ਚ ਆ ਗਿਆ ਤੇ ਉਹਨਾਂ $1,00,000 ਦਾ ਨਾਮ ਲੱਗ ਕੇ ਤੇ ਪੰਜਵੇਂ ਦਿਨ ਬੰਦਾ ਫੜ ਕੇ ਪੈ ਗਿਆ ਸੀ ਇੱਥੋਂ ਇੰਡੀਆ। ਇਸ ਕਰਕੇ ਇਹ ਬੰਦੇ ਜਿਹੜੇ ਸਮਾਜ ਦੇ ਵਿੱਚ ਅਸਮਾਪਨ ਪੈਦਾ ਕਰਦੇ ਆ, ਉਹ ਗੜਬੜ ਕਰਦੇ ਆ। ਜਾਂ ਤਾਂ ਪਈ ਜਿਹੜੀ ਗੱਲ ਕਰਨੀ ਸਾਹਮਣੇ ਆ ਕੇ ਕਰੋ, ਲੁਕ ਛਪ ਕੇ ਕਿਉਂ ਕਰਦੇ ਹੋ ਜੀ? ਕਿ ਕੱਲ ਦੇ ਉੱਤੇ ਇੱਕ ਟੁੱਟਾ ਫੁੱਟਾ ਖਾਲਸਾ ਲਿਖਣ ਦਾ ਖਾਲਸਾ ਮਿਲ ਜੂ। ਹੁਣ ਸਿੱਖ ਫਾਰ ਜਸਟਿਸ ਨੇ ਕਹਿ ਤਾ ਵੀ ਜਿਹੜਾ T20 ਤੁਹਾਡੇ ਇੱਥੇ ਹੋ ਰਿਹਾ ਪੰਜਾਬ ਦੇ ਵਿੱਚ G20, ਤੇ ਅਸੀਂ ਡੇਰੇ ਨਾਲ ਰੋਕ ਦਿਆਂਗੇ ਜੀ ਇੱਥੇ। ਕਿਆ ਬਾਤ, ਅਨਹੋਣੀਆਂ ਗੱਲਾਂ ਕਰਕੇ ਸਿੱਖ ਸਮਾਜ ਦੇ ਵਿੱਚ ਤੇ ਬਾਕੀ ਕੌਮ ਦੇ ਸਮਾਪਨ ਪੈਦਾ ਕਰੋ। ਪੰਜਾਬ ਨੇ ਸੰਤਾਪ ਅੱਗੇ ਬੜਾ ਹੰਡਾ, ਬਹੁਤ ਹੰਡਾ ਜੀ। ਤੇ ਨਾਲੇ ਤੁਸੀਂ ਜੇ ਪੰਜਾਬ ਦੇ ਵਿੱਚੋਂ ਇੰਡਸਟਰੀ ਕੱਢੋਗੇ, ਹੋਰ ਕਰੋਗੇ, ਅਸੀਂ ਤਾਂ ਪਹਿਲਾਂ ਹੀ ਪਿੱਟੀ ਜਾਂਦੇ, ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲਦੀਆਂ, ਤੇ ਜਦੋਂ ਛੋਟੀਆਂ ਛੋਟੀਆਂ ਵੀ ਨੌਕਰੀ ਮਿਲਦੀਆਂ, ਇੱਕ ਪਰਿਵਾਰ ਨੂੰ ਪੂਰੀ ਸਮਝ ਲਓ ਵੀ ਰੁਜ਼ਗਾਰ ਮਿਲਦਾ, ਰੁਜ਼ਗਾਰ ਚੁੱਲ੍ਹੇ 'ਚ ਅੱਗ ਬਲਦੀ ਹੈ। ਪੰਜਾਬ ਦੇ ਵਿੱਚ ਵੇਖੋ ਜੇ ਲੇਖਾ ਜੋਖਾ ਕਰੋ ਤੇ 35,000 ਲੋਕ 1980 ਤੋਂ ਲੈ ਕੇ ਤੇ 1995 ਤੱਕ ਸਰਕਾਰ ਕਹਿੰਦੀ ਵੀ ਇੰਨੇ ਕੁ ਲੋਕ ਮਰੇ ਨੇ ਜੀ। ਲੇਕਿਨ ਜੇ ਇਹਦੀ ਆਫ ਤੋਂ ਆਫ ਦਾ ਰਿਕਾਰਡ ਗੱਲ ਕਰ ਲਈਏ ਤੇ ਮੇਰੇ ਖਿਆਲ ਨਾਲ ਵੀ ਇਹ ਡਬਲ ਹੋਣਗੇ ਘੱਟ। ਇਸ ਕਰਕੇ ਅਸੀਂ ਇੱਕ ਪੀੜ੍ਹੀ ਆਪਣੀ ਬਰਬਾਦ ਕਰਾ ਲਈ ਤੇ ਜੇ ਅਜੇ ਵੀ ਗੱਲ ਨਹੀਂ ਚੱਲ ਰਿਹਾ ਤੇ ਫਿਰ ਗਾਹ ਸਾਡਾ ਬਣੂਗਾ ਜੀ। ਜਿਹੜੇ ਬੰਦੇ ਮੋਗੇ ਦੇ ਉੱਤੇ ਝੰਡਾ ਚੜਾਇਆ ਸੀ ਜਿਨ੍ਹਾਂ ਨੇ DC ਆਫਿਸ ਦੇ ਉੱਤੇ, ਕੀ ਉਹਨਾਂ ਜਮਾਨਤਾਂ ਹੋ ਗਈਆਂ? ਕਿਸੇ ਮਦਦ ਕੀਤੀ ਉਹਨਾਂ ਦੀ? ਨਾ, ਕਿਸੇ ਨੇ ਪੁੱਛਿਆ। ਇਸ ਕਰਕੇ ਭਾਈ ਗੱਲ ਇਹ ਆ ਦਾਨੇ ਵਾਲੀਆ ਸਾਹਿਬ ਜੀ, ਜਿਹੜਾ ਇਜ਼ਰਾਈਲ ਸੀ ਨਾ, ਇਜ਼ਰਾਈਲ ਅਸੀਂ ਇਜ਼ਰਾਈਲ ਨਾਲ ਸਾਡੇ ਨਾ ਬੇਲੀ ਬੜੀ ਛੇਤੀ ਆਪਣੇ ਆਪ ਨੂੰ ਕੰਪੇਅਰ ਕਰਦੇ ਆ ਜੀ 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 ਜੀ। ਜਿਹੜਾ ਇਜ਼ਰਾਈਲ ਸੀ ਨਾ, ਇਜ਼ਰਾਈਲ ਮੈਂ ਕੰਪੇਅਰ ਨਹੀਂ ਕਰਦਾ, ਮੈਂ ਤੁਹਾਨੂੰ ਨਹੀਂ ਖਾਸ ਹੀ ਦੱਸਣਾ ਜੀ। ਇਜ਼ਰਾਈਲ ਇੱਕ ਛੋਟਾ ਜਿਹਾ ਕੰਟਰੀ ਹੈ। ਹਿਟਲਰ ਨੇ ਜੂਦੀ ਬੜੇ ਮਾਰੇ ਸੀ, ਕੁਛ ਗੈਸ ਨਾਲ ਮਾਰਤੇ, ਕੁਛ ਵੈਸੇ ਮਾਰਤੇ ਮਾਰਤੇ, ਜਿਹੜੇ ਬਚ ਗਏ ਜੂਦੀ ਜੀ, ਉਹਨਾਂ ਨੇ ਆਪਣੀ ਇੱਕ ਮੀਟਿੰਗ ਕੀਤੀ ਇਕੱਠੇ ਹੋ ਕੇ ਵੀ ਕੀ ਕੀਤਾ ਜਾਵੇ ਆਪਾਂ। ਉਹਨਾਂ ਦੀਆਂ ਔਰਤਾਂ ਅੱਗੇ ਆਈਆਂ, ਕਹਿੰਦੀਆਂ ਵੀ ਅਸੀਂ ਲੋਕਾਂ ਦੇ ਭਾਂਡੇ ਮਾਜਾਂਗੇ, ਆਪਣੇ ਬੱਚੇ ਵੱਧ ਤੋਂ ਵੱਧ ਪੜਾਓ ਜੀ। ਉਹ ਬੱਚਾ ਜਦੋਂ ਸੌਂਦਾ ਸੀ ਨਾ, ਰਾਤ ਨੂੰ ਸੌਣ ਲੱਗੇ, ਉਹਨੂੰ ਕਹਿੰਦੀ ਬੇਟੇ ਦੂਸਰੇ ਉੱਠੇਗਾ ਨਾ ਉਦੋਂ ਆਜ਼ਾਦ ਹੋਏਗਾ ਜੀ, ਤੇਰਾ ਆਪਣਾ ਮੁਲਕ ਹੋਏਗਾ। ਬੱਚਿਆਂ ਦੀ ਭਾਵਨਾ ਭਰੀ ਸੀ, ਲੇਕਿਨ ਬੱਚਿਆਂ ਨੂੰ ਉਹਨਾਂ ਵਿਗਿਆਨੀ ਬਣਾਇਆ ਤੇ ਉਹਨਾਂ ਨੇ ਇੱਕ ਰਸਾਇਣ ਪੈਦਾ ਕੀਤਾ ਜੀ। ਉਹ ਰਸਾਇਣ ਜਿਹੜਾ ਸੀ ਉਹ ਬਰੂਦ ਚ ਪੈਂਦਾ ਸੀ ਤੇ ਅਮਰੀਕਾ ਉਹ ਰਸਾਇਣ ਉਹਨਾਂ ਕੋਲ ਲੈਂਦਾ ਸੀ ਜੀ। ਅਮਰੀਕਾ ਨੇ ਕਿਹਾ ਵੀ ਸਾਨੂੰ ਤੁਸੀਂ ਜੀ ਕੰਪੋਜੀਸ਼ਨ ਦੇ ਦਿਓ, ਕਹਿੰਦੇ ਨਾ ਤੁਸੀਂ ਮਾਰ ਦੇ ਦਿਓ ਕੰਪੋਜੀਸ਼ਨ ਦੇ ਜੀ। ਫਿਰ ਉਹਨਾਂ ਨੇ ਮੀਟਿੰਗ ਕੀਤੀ, ਫਿਰ ਸਾਰਿਆਂ ਨੇ ਵੀ ਅਮਰੀਕਾ ਬਹੁਤ ਤਕੜਾ ਕੰਟਰੀ ਹੈ, ਇਹ ਚੋਰੀ ਵੀ ਕਰ ਲੂਗਾ, ਖੋ ਵੀ ਲੂਗਾ, ਤੇ ਆਪਣੇ ਪੱਲੇ ਕੱਖ ਨੀ ਪੈਣਾ ਤੇ ਆਪਾਂ ਸਮਝੌਤਾ ਕਰ ਲਈਏ। ਫਿਰ ਇਹਨਾਂ ਦੇ ਜਿਹੜੇ ਲੀਡਰ ਸੀਗੇ ਉਹ ਗਏ, ਉਹਨਾਂ ਨਾਲ ਗੱਲਬਾਤ ਕੀਤੀ, ਤੁਹਾਨੂੰ ਕੰਪੋਜੀਸ਼ਨ ਦੇ ਦਿੰਦੇ, ਤੁਹਾਨੂੰ ਇੱਕ ਕੰਟਰੀ ਚਾਹੀਦਾ ਜੀ। ਉਹਦੇ ਬਦਲੇ ਉਹਨਾਂ ਨੂੰ ਦਿਮਾਗ ਨਾਲ ਜਿਹੜੀ ਸਿਰ ਦੇਣ ਦੀ ਨੀ ਸਿਰ ਵਰਤਣ ਦੀ ਲੋੜ ਆ ਜੀ। ਉਹਨਾਂ ਆਪਣੇ ਦਿਮਾਗ ਨਾਲ ਜਿਹੜਾ ਸੀ ਇਜ਼ਰਾਈਲ ਕੰਟਰੀ ਲਿਆ। ਅੱਜ ਛੋਟਾ ਜਿਹਾ ਕੰਟਰੀ ਹੈ, ਕਿੰਨੀ ਤਰੱਕੀ ਕੀਤੀ ਉਹਦੀਆਂ ਪੈਗਸਸ ਵਰਗੀਆਂ ਜਿਹੜੀਆਂ ਬਣ ਕੇ ਆਏ ਸੋਫਟਵੇਅਰ ਉੱਥੋਂ ਬਣ ਕੇ ਆਏ ਜੀ। ਮੋਦੀ ਸਾਹਿਬ ਜਾਂਦੇ ਹਰ 6 ਮਹੀਨੇ ਬਾਅਦ ਜਾ ਕੇ ਉੱਥੇ ਰਸਤੇ ਵਿੱਚ ਮਿਲ ਕੇ ਆਉਂਦੇ, ਕਈ ਸਮਝੌਤੇ ਕਰਦੇ ਨੇ, ਕਈ ਗੱਲਾਂ ਪਤਾ ਕਰਦੇ ਜੀ। ਇਸ ਕਰਕੇ ਭਾਈ ਜੇ ਕਿਤੇ ਕੁਛ ਲੈਣਾ ਵਾ ਤੇ ਹੁਣ ਦਿਮਾਗ ਸਿਰ ਦੇਣ ਦੀ ਨਹੀਂ ਸਿਰ ਵਰਤਣ ਦੀ ਲੋੜ ਆ। ਬਿਲਕੁਲ ਬਿਲਕੁਲ, ਤੇ ਬੜੀ ਇੰਪੋਰਟੈਂਟ ਚਰਚਾ ਆ ਰਹੀ ਹੈ, ਕਹਿੰਦੇ ਅਭਿਮਨਿਊ ਨੇ ਆਪਦੀ ਮਾਂ ਦੇ ਪੇਟ ਦੇ ਵਿੱਚੋਂ ਜੰਗ ਦੇ ਗੁਰਸਿੱਖ ਸਿੱਖੇ ਸੀਗੇ, ਕਹਿੰਦੇ ਚੱਕਰਵਿਊਹ 'ਚ ਵੜ ਗਿਆ ਸੀ ਉਹ, ਕਹਿੰਦੇ ਅਤੇ ਉਹ ਉਦੋਂ ਬਾਅਦ ਪਤਾ ਨਹੀਂ ਕੀ ਘਟਨਾ ਵਾਪਰੀ, ਜੋ ਮੈਥੋਲੋਜੀ ਕਹਿੰਦੀ ਹੈ ਵੀ ਫਿਰ ਉਹ ਨਿਕਲਣ ਦਾ ਤਰੀਕਾ ਜਿਹੜਾ ਸੀ, ਜਾਂ ਉਹਦੀ ਮਾਂ ਸੌਂਗੀ ਸੀ ਸੁਣਦੀ ਸੁਣਦੀ, ਤੋਂ ਨਿਕਲ ਨਹੀਂ ਸੀ ਸਕਿਆ। ਕਹਿੰਦੇ ਉਸੇ ਚੀਜ਼ ਨੂੰ ਅੱਗੇ ਵਧਾਉਂਦੇ ਹੋਏ ਕਹਿੰਦੇ RSS ਨੇ ਹੁਣ ਗਰਭ ਦੇ ਵਿੱਚ ਸੰਸਕਾਰ ਮੁਹਿੰਮ ਚਾਲੂ ਕਰਨ ਦਾ ਮਨ ਬਣਾਇਆ। ਦੇਖੋ RSS ਜਿਹੜੀ ਹੈ ਇਹ ਕੋਈ ਨਾ ਕੋਈ ਇਹੋ ਜਿਹੀ ਕਾਰਵਾਈ ਅਕਸਰ ਕਰਦੀ ਰਹਿੰਦੀ। ਹੁਣ ਉਹਨਾਂ ਨੇ ਗਰਭ ਦੇ ਵਿੱਚ ਇਹਨਾਂ ਨੇ ਬਕਾਇਦਾ ਤੌਰ ਤੇ ਇੱਕ ਮੀਟਿੰਗ ਕੀਤੀ ਹੈ ਤੇ ਜਿਹੜੇ ਯੂਨੀਵਰਸਿਟੀ ਹੈਗੀ ਆ JNU ਦੇ ਆਪਣੇ ਉੱਥੋਂ ਪ੍ਰੋਫੈਸਰ ਲੈ ਲੇਡੀ ਜੀ ਉਹ ਲਈਆਂ ਨੇ। ਹੁਣ ਇਹਨਾਂ ਨੇ ਇੱਕ ਉੱਥੇ ਸਕੀਮ ਬਣਾਈ ਆ ਬਕਾਇਦਾ ਤੌਰ ਤੇ ਜਿਹੜੀਆਂ RSS ਵਾਲਿਆਂ ਨੇ, ਉਹਦਾ ਨਾਂ ਰੱਖਿਆ ਕਿ ਗਰਭ ਸੰਸਕਾਰ ਮੁਹਿੰਮ ਜੀ। ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਜਦੋਂ ਬੱਚਾ ਪੇਟ ਚ ਹੁੰਦਾ ਮਾਂ ਜੋ ਖਾਂਦੀ ਉਹਦਾ ਅਸਰ ਪੈਂਦਾ। ਬਿਲਕੁਲ ਬਿਲਕੁਲ, ਅਸਰ ਬਹੁਤ ਪੈਂਦਾ ਜੀ, ਬਹੁਤ ਪੈਂਦਾ।
ਇਹ ਗਾਇਨਾ ਦੇ ਜਿਸ ਤੇ ਇੱਕ ਪ੍ਰੋਗਰਾਮ ਬਣਾਇਆ ਇਹਨਾਂ ਨੇ, ਇਹਦਾ ਨਾਮ ਹੈ ਸਬਰ ਦਿਨ ਨਿਆਸ ਜੀ, ਤੇ ਇਹਦਾ ਵਿੰਗ ਬਣਾਇਆ ਗਿਆ ਇਹਨਾਂ ਗਰਭ ਸੰਸਾਰ ਗਰਭ ਸੰਸਕਾਰ ਜੀ। ਇਹਦੇ ਵਿੱਚ ਜਿਹੜੀਆਂ ਗਰਭਵਤੀ ਔਰਤਾਂ ਵਾ ਉਹਨਾਂ ਨੂੰ ਬਕਾਇਦਾ ਤੌਰ ਤੇ ਵਰਕਸ਼ਾਪ ਲਾਈ ਜਾਊਗੀ ਦਿੱਲੀ ਦੇ ਏਮਸ ਦੇ ਵਿੱਚ ਜੀ, ਉੱਥੇ ਗਾਇਨੋਕੋਲੋਜਿਸਟ ਹਿੱਸਾ ਲੈਣਗੇ। ਇਹਦੇ ਵਿੱਚ ਸਬਰ ਦਿਨ ਨਿਆਸ ਦੀ ਰਾਸ਼ਟਰੀ ਜਿਹੜੀ ਸਕੱਤਰ ਮੌਧਰੀ ਮਰਾਠੇ ਨੇ ਇੰਨੀ ਗੱਲ ਕਹੀ ਆ ਕਿ ਗਰਭ ਸੰਸਕਾਰ ਜਿਹੜੀ ਮੁਹਿੰਮ ਆ ਇਹਦੇ ਤਹਿਤ ਗਰਭ ਜਿਹੜੇ ਪੜ ਰਹੇ ਬੱਚੇ ਨੇ ਉਹ ਭਾਰਤੀ ਸੱਭਿਆਚਾਰ ਨੂੰ ਪਹਿਲਾਂ ਤੋਂ ਹੀ ਸਿੱਖਣਗੇ ਜੀ। ਗਰਭਵਤੀ ਔਰਤਾਂ ਲਈ ਨੂੰ ਭਗਵਤ ਗੀਤਾ ਰਮਾਇਣ ਦਾ ਪਾਠ ਅਤੇ ਭਗਵਾਨ ਰਾਮ ਹਨੂਮਾਨ ਸ਼ਿਵਾਜੀ ਸਮੇਤ ਆਜ਼ਾਦੀ ਘੁਲਾਟੀ ਦੇ ਜੀਵਨ ਦਾ ਸੰਘਰਸ਼ ਬਾਰੇ ਪੜ੍ਹਾਇਆ ਜਾਊਗਾ ਜੀ, ਤੇ ਇਹਨਾਂ ਤੇ ਅਸਰ ਆਟੋਮੈਟਿਕਲੀ ਹੋਊਗਾ ਤੇ ਫਿਰ ਜਦੋਂ ਬੱਚੇ ਪੈਦਾ ਹੋਣਗੇ ਫਿਰ ਉਸੇ ਧਾਰਮਿਕ ਵਿਅਕਤੀ ਵਾਲੇ ਜੀ। ਇਸ ਕਰਕੇ ਉਹਨਾਂ ਗਰਭ ਸੰਸਕਾਰ ਇੱਕ ਮੁਹਿੰਮ ਸ਼ੁਰੂ ਕੀਤੀ। ਸੋ ਸ਼ੁਕਰੀਆ ਪੱਟੀ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਸੋ ਮਾਫੀ ਚਾਹੁੰਦੇ ਜੀ, ਅੱਜ ਐਂਡਰਾਇਡ ਐਪ ਨੇ ਥੋੜ੍ਹਾ ਜਿਹਾ ਪ੍ਰੋਬਲਮ ਦਿੱਤੀ, ਸੋ ਉਹ ਹੁਣ ਚੱਲ ਚੁੱਕੀ ਹੈ।